जाको हर रंग लगो इस युग में है, सो कहियत है सूरज आत्म जिने सगल वस्ता के, जाका सतगुरु दूरा ठाकुर गाया रंग शरणी पावन नाम त्यावन सहज समावन संग जन के चरण बसे मेरे रे संग पुनीता दे जन की तूर दे हो कृपा नित नानक के सुख ए जाको हर रंग लागो इस युग में है। सूरज सो पहचानिए जो लरे दीन कहे पुर्जा पुर्जा खट मरे कब हूं न छड़ के जो तो प्रेम खिलन का चाओ सिर तर तली गली मोरिया जो तो प्रेम खिलन का चाओ सिर तर तली गली मोरिया जो तो
इस मार्ग पैर धरी जे। तेर दी जे का नकी जे। पहला मरण जीवन की खड़गार आओ हमारे मरना कबूल ले मन मारना पैंदा पहला मरना कबूल असल गल बनती हुई है आत्म जिने अपने आप नूं जितना पैंदा मन को स्थिर रखना पड़ता अडोल मरना कबूल ले जीवन छड़ दे मरना कबूल ले जीवन छड़ दे Thank you.
सुंदर तन में कलंदर काटी तीर्थना शब्द मेरे प्राण बस है बहुत जन्म ना सब लोग नाचन सतगुरु नाम दृढ़ा सब पावन ज्ञान नानक सुख कर आया कहे गुरु 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 जागत चिंता जहां कहा प्रभु तू वरदन कर सुख वसया बहर सुख पाया कहो नानक गुर मंत्र कोई बात न रहे Thank you.
गुरमुख लाल गए। हाँ मनमुख चले दियो, मनमुख चले गुरमुख लाल गए। गुरु प्यारे गुरु सवारी गुरु का खास रूप गुरु खालसा सतसंग जी आओ सब तो पहला रसना पवित्र करो कलगीधर सच्चे पातशाह जी की बख्शिश दोहराओ प्यार नाल फतेह बुलाओ कोई रसना वानी न रवे सारे बुलंद आवाज विच आखो जी वाहिगुरु जी का खालसा वाहिगुरु जी की फतेह। दूरों नेड़ों चल के गरीब नवाज सच्चे पातशाह धन श्री गुरु ग्रंथ साहिब जी दे पावन मुबारक चरणों में आप सारे हाजरी पाते अज इस पंडाल का तीसरा और लास्ट दीवान है। दूरों नेड़ों चल के आप सारे सतगुरु जी के चरणों में हाजरी भर रहे हैं। कुछ समा सफल हो सके जिंदगी में कुछ घड़ियां ऐसा आदियां जो इतिहास बन जाएं कुछ पल ऐसे होंगे ने जिंदगी में के पूरी लाइफ चेंज हो जाती है बदल जाती है। संगत विच आके ऐसा वेख्या है कि बहुत सारे सज्जन पहला जिंदगी कुछ होर सी संगत करद्या करद्या संगत सतगुरु जी दी सतगुरु जी दे बचन सुन के सच्चे पातशाह जी दे सुनाउण वाला जरिया हुंदा है भावे कोई होवे वो किसे दे सिर ते हथ रख के भी महाराज है सारा ही सतगुरु जी की बाणी का प्रताप सतगुरु जी की बाणी करके बीन कोई भी सपेरा बजा सकता है पर सपेरा तो बीन बिना किसी काम नहीं होता।
ਕਿਸੇ ਕੰਮ ਵੀ ਨਹੀਂ, ਸਤਿਗੁਰੂ ਜੀ ਦੀ ਬਾਣੀ ਬਿਨਾਂ ਅਸੀਂ ਕਿਸੇ ਕੰਮ ਦੇ ਨਹੀਂ। ਇਹ ਸਭ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਤਾਪ ਹੈ। ਸੋ ਕਿਸੇ ਕਿਸੇ ਉੱਤੇ ਐਸੀ ਨਜ਼ਰ ਪੈਂਦੀ ਹੈ, ਬੰਦਿਓਂ ਕਰੇ ਖੁਦਾ। ਮੈਂ ਅਰਜ਼ ਪਿਛਲਿਆਂ ਦੁਆਨਾਂ ਵਿੱਚ ਕੀਤੀ ਹੈ ਕਿ ਜਿਸ ਬੰਦੇ ਦੀ ਜ਼ਿੰਦਗੀ ਵਿੱਚ ਸੱਚ ਪ੍ਰਵੇਸ਼ ਹੋ ਜਾਏ, ਜਿਹੜਾ ਖੁਦ ਸੱਚ ਦਾ ਹਿੱਸਾ ਬਣ ਜਾਏ, ਉਹ ਅਕਾਲ ਪੁਰਖ ਵਾਹਿਗੁਰੂ ਵਰਗਾ ਹੀ ਬਣ ਜਾਂਦਾ। ਕਿਉਂਕਿ ਵਾਹਿਗੁਰੂ ਸੱਚ ਹੈ, ਗੁਰਬਾਣੀ ਸੱਚ ਹੈ, ਨਿਰੋਲ ਸੱਚ, ਕੋਈ ਝੂਠ ਨਹੀਂ, ਕੋਈ ਪਾਖੰਡ ਨਹੀਂ, ਕੋਈ ਫਰੇਬ ਨਹੀਂ। ਜਿਸ ਬੰਦੇ ਦੀ ਜ਼ਿੰਦਗੀ ਵਿੱਚ ਸੱਚ ਆ ਜਾਂਦਾ ਹੈ, ਉਹ ਵੀ ਇਹ ਕਹਿ ਲਓ ਵੀ ਗੁਰਬਾਣੀ ਹੀ ਬਣ ਜਾਂਦਾ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਗੁਰਬਾਣੀ ਬਣ ਜਾ, ਗੁਰਬਾਣੀ ਹੀ ਬਣ ਜਾ। ਸਤਿਗੁਰੂ ਦੇ ਬਚਨ ਪੜ੍ਹਦਾ ਪੜ੍ਹਦਾ ਸਤਿਗੁਰੂ ਵਰਗਾ ਹੀ ਬਣ ਜਾ। ਉਹ ਕਿਵੇਂ? ਕਿਉਂਕਿ ਬਾਣੀ ਸੱਚ ਹੈ ਤੇ ਤੇਰੀ ਜ਼ਿੰਦਗੀ ਚ ਵੀ ਸੱਚ ਆ ਜਾ। ਸਤਿਗੁਰੂ ਦੀ ਬਾਣੀ ਪੜ੍ਹਦਾ ਪੜ੍ਹਦਾ ਖੁਦ ਬਾਣੀ ਵਰਗਾ ਹੋ ਜਾ, ਆਪਣਾ ਜੀਵਨ ਪਵਿੱਤਰ ਕਰ ਲਈਏ। ਤੇ ਵੇਖੇ ਨੇ ਬੜੇ ਸਤਿਗੁਰੂ ਜੀ ਦੀ ਬਾਣੀ ਦਾ ਅਸਰ ਹੁੰਦਾ ਹੈ। ਦੋ ਬੋਤਲਾਂ ਸ਼ਰਾਬ ਦੀਆਂ ਪੀ ਜਾਂਦਾ ਸੀ, ਹੁਣ ਦੋ ਪਾਠ ਸੁਖਮਨੀ ਸਾਹਿਬ ਦੇ ਕਰਦਾ ਹੈ, ਸਵੇਰੇ ਉੱਠ ਕੇ ਭਜਨ ਕਰਦਾ ਹੈ, ਜੀਵਨ ਬਦਲਿਆ। ਜਿਵੇਂ ਤੁਸੀਂ ਮੇਰੇ ਤੋਂ ਪਹਿਲਾਂ ਸੁਣਿਆ ਹੀ ਹੈ ਕਿ ਲੱਖੂ ਧਾੜਵੀ ਸੀ ਤੇ ਲੱਖੂ ਇੱਕ ਸਾਧ ਬਣ ਗਿਆ। ਸਾਧ ਕਹਿੰਦੇ ਨੇ ਜਿਹਨੇ ਮਨ ਸਾਧ ਲਿਆ, ਨੌ ਦੁਆਰੇ ਸਾਧ ਸਾਧ ਕਹਾਇਆ। ਕੋਈ ਵੀ ਹੋ ਸਕਦਾ, ਰਿਕਸ਼ੇ ਵਾਲਾ ਵੀ ਹੋ ਸਕਦਾ ਹੈ, ਦੁਕਾਨਦਾਰ ਵੀ ਹੋ ਸਕਦਾ ਹੈ, ਟਰੈਕਟਰ ਵਾਹੁੰਦਾ ਜ਼ਿਮੀਂਦਾਰ ਵੀ ਹੋ ਸਕਦਾ ਹੈ, ਕੋਈ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਵੀ ਹੋ ਸਕਦਾ ਹੈ, ਕੋਈ ਰਾਗੀ ਕੋਈ ਪ੍ਰਚਾਰਕ ਵੀ ਹੋ ਸਕਦਾ ਹੈ। ਜ਼ਰੂਰੀ ਨਹੀਂ ਕਿ ਉਹ ਚੋਲਾ ਪਾਉਂਦਾ ਹੋਏਗਾ, ਜ਼ਰੂਰੀ ਨਹੀਂ ਵੀ ਉਹਨੇ ਘਰ ਛੱਡਿਆ, ਘਰ ਛੱਡ ਕੇ ਜਾਏਗਾ ਫਿਰ ਬਣੇਗਾ, ਕੋਈ ਗੱਲ ਨਾ ਬਈ। ਇਹ ਤੇ ਐਸੀ ਸਿੱਖੀ ਹੈ ਕਿ ਕੋਈ ਵੀ ਕਮਾ ਸਕਦਾ, ਇਹ ਤੇ ਐਸਾ ਰਾਹ ਹੈ ਕਿ ਕੋਈ ਵੀ ਤੁਰ ਸਕਦਾ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਦਾ ਭਾਵ ਹੁੰਦਾ ਹੈ ਉੱਜਲ। ਵੱਖਰੀ ਗੱਲ ਕੀਤੀ ਸਾਡੇ ਸਤਿਗੁਰੂ ਜੀ ਨੇ। ਸਿੱਖ ਇੱਕ ਵੱਖਰੀ ਕੌਮ ਹੈ। ਵੱਖਰੀ ਕੌਮ ਕਿਉਂ ਹੈ? ਅਸੀਂ ਬਾਹਰੋਂ ਵੀ ਵੱਖਰੇ ਹਾਂ, ਅਸੀਂ ਅੰਦਰੋਂ ਵੀ ਵੱਖਰੇ ਹਾਂ। ਬਾਹਰੋਂ ਵੀ ਵੱਖਰੇ ਹਾਂ, ਸਿਰ ਤੇ ਦਸਤਾਰ ਹੈ, ਮੁੱਖ ਤੇ ਦਾੜਾ ਹੈ। ਜਿਵੇਂ ਵਾਹਿਗੁਰੂ ਨੇ ਬਣਾਇਆ ਉਵੇਂ ਹੀ ਸਾਰੀ ਜ਼ਿੰਦਗੀ ਰਹਿਣਾ ਹੈ। ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕੇਸ ਕਤਲ ਨਹੀਂ ਹੋਏਗਾ। ਕੁਦਰਤੀ ਜੋ ਬਣਿਆ ਹੈ ਉਹ ਮਾੜਾ ਨਹੀਂ ਹੋ ਸਕਦਾ। ਸੁੰਨਤ ਹੋ ਰਹੀ ਹੈ, ਬੰਦੇ ਦੀ ਸੁੰਨਤ ਹੋਏਗੀ ਤੇ ਮੁਸਲਮਾਨ ਬਣੇਗਾ। ਬੀਬੀ ਦਾ ਕੀ ਕਰੋਗੇ? ਮਹਾਰਾਜ ਬਚਨ ਗੁਰਬਾਣੀ ਚ ਕਰੀਏ, ਔਰਤ ਕਾ ਕਿਆ ਕਰੀਏ, ਬੀਬੀ ਦਾ ਕੀ ਹੋਏਗਾ? ਉਹ ਸੁੰਨਤ ਨਹੀਂ ਹੋ ਸਕਦੀ। ਸਿੱਖਇਜ਼ਮ ਇਦਾਂ ਦਾ ਹੈ ਕਿ ਇਸ ਤਰ੍ਹਾਂ ਦਾ ਰਾਹ ਹੈ ਕਿ ਕੋਈ ਵੀ ਅਪਣਾ ਸਕਦਾ ਹੈ, ਔਰ ਕੁਛ ਵੀ ਗੈਰ ਕੁਦਰਤੀ ਨਹੀਂ, ਜੋ ਕੁਦਰਤ ਹੈ ਉਹਦੇ ਮੁਤਾਬਕ ਚੱਲੋ। ਕੁਦਰਤੀ ਜੋ ਹੈ, ਕੁਦਰਤ ਦੇ ਸਿਸਟਮ ਤੋਂ ਉਲਟ ਨਹੀਂ ਹੈ ਗੁਰਮੁਖ। ਜੋ ਗੁਰੂ ਜੀ ਕਹਿੰਦੇ ਨੇ, ਜੋ ਸਾਡੇ ਸਤਿਗੁਰੂ ਜੀ ਦੀ ਸੱਚੀ ਸਿੱਖਿਆ, ਉਹ ਕੁਦਰਤੀ ਨਿਯਮਾਂ ਦੀ ਉਲੰਘਣਾ ਨਹੀਂ ਕਰਦੀ। ਹੁਣ ਬੜੇ ਸੱਜਣ ਕਹਿੰਦੇ ਨੇ ਨੌ ਕਿਉਂ ਕੱਟਦੇ ਆ? ਫਿਰ ਨੌ ਵੀ ਵੱਧਦੇ ਨੇ, ਇਹ ਮੁਰਦਾ ਨੌ ਨੇ, ਮੁਰਦਾ ਨੇ। ਸਮੁੰਦਰ ਦੇ ਵਿੱਚ ਮੁਰਦਾ ਚੀਜ਼ ਨੂੰ ਰੱਖੇਗਾ ਨਹੀਂ। ਮੱਛੀਆਂ ਪਾਣੀ ਵਿੱਚ ਤੈਰਦੀਆਂ ਨੇ, ਜਦੋਂ ਮੱਛੀ ਮਰ ਗਈ ਪਾਣੀ ਦੇ ਉੱਪਰ ਆਏਗੀ ਤੇ ਸਮੁੰਦਰੋਂ ਨੂੰ ਕੰਢੇ ਤੇ ਲਾ ਦੇਗਾ, ਵਿੱਚ ਨਹੀਂ ਰੱਖੇਗਾ। ਭਾਵੇਂ ਉਹ ਵੇਲ ਮੱਛੀ ਹੋਵੇ, ਭਾਵੇਂ ਕੋਈ ਛੋਟੀ ਮੱਛੀ ਹੋਵੇ, ਉਹ ਵਿੱਚ ਨਹੀਂ ਰਹੇਗੀ, ਸਮੁੰਦਰ ਦੇ ਬਾਹਰ ਆਏਗੀ। ਜਦੋਂ ਮੁਰਦਾ ਪੱਤਾ ਹੋ ਜਾਏਗਾ, ਦਰਖਤ ਵੀ ਪੱਤਾ ਤਿਆਗ ਦੇਗਾ, ਜਦੋਂ ਮਰ ਗਿਆ ਸੁੱਕ ਗਿਆ ਤਿਆਗ ਦੇਗਾ। ਅਸੀਂ ਮੁਰਦਾ ਨੂੰ ਕੱਟਦੇ ਹਾਂ, ਜਿਉਂਦਾ ਨਹੀਂ, ਤੇ ਸਾਡੇ ਮੁਰਦਾ ਕੇਸ ਕੰਘੀ ਨਾਲ ਆਪਣੇ ਆਪ ਬਾਹਰ ਆ ਜਾਂਦੇ ਨੇ। ਹਰ ਹਰ ਪੱਤਾ ਟੁੱਟਣ ਤੋਂ ਪਹਿਲਾਂ ਪੀਲਾ ਹੋ ਜਾਂਦਾ ਹੈ, ਪਹਿਲਾਂ ਪੀਲਾ ਹੋਏਗਾ ਫਿਰ ਟੁੱਟ ਜਾਏਗਾ। ਨਿੱਕੀ ਜੀ ਬੁਰਸ਼ੀ ਲੈ ਕੇ, ਹਰਾ ਰੰਗ ਲੈ ਕੇ ਤੇ ਤੂੰ ਪੀਲੇ ਪੱਤਿਆਂ ਤੇ ਕਰ ਦਵੇਂ, ਉਹਨਾਂ ਨੂੰ ਟੁੱਟਣੋਂ ਬਚਾ ਲੈਂਗਾ। ਜਿਹੜੇ ਪੱਤੇ ਨੇ ਟੁੱਟਣਾ, ਪਹਿਲਾਂ ਪੀਲਾ ਹੋਣਾ ਹੈ, ਪੀਲਾ ਹੋਏਗਾ ਫਿਰ ਟੁੱਟ ਜਾਏਗਾ। ਇਸੇ ਤਰ੍ਹਾਂ ਸਾਡਾ ਵੀ ਜਦੋਂ ਸਮਾਂ ਆਏਗਾ, ਪਹਿਲਾਂ ਕੇਸ ਚਿੱਟੇ ਹੋ ਜਾਣਗੇ,
जे इन्हों काले कर लिए मरनों बच जाएंगे स्वासां की लड़ी तो टुटेगी एक दिन जाना पड़ेगा संसार छड़ के एक दिन जाना पड़ेगा स्विस करके जो सिस्टम है जिस तरह का बनाया है उदे विच रहना सिखिज्म बड़ा कमाल दा है बड़ी दुकान तगड़ी सी सौदा बेचना नहीं आया माफ करना दसना ही नहीं आया प्यो दादे का खोल दिखा खजाना तो मेरे मन भया निधाना पर असी प्यो दादे दे खजाने नूं खोल के वेखिए ही नहीं असी प्यासे मर गए असी जिन्ने दुखी हाँ दुखी इस करके हाँ कि असी गुरु ग्रंथ साहब नालों टुटे हुए हैं असी कहांगे जी जुड़े ते हाँ अखंड पाठ साल बाद कराने हैं अखंड पाठ करा मैं बड़ी बारी क्या अखंड पाठ ना करा तू सहज पाठ करा बाणी सुन मैनू पुछया कहिंदा बाबा जी अखंड पाठ दा ज्यादा फल हुंदा कि सहज पाठ दा मैं क्या ना अखंड पाठ दा ना सहज पाठ दा जे सुनना नहीं तो कोई फल नहीं सुने का लाभ होएगा भावे खंड पाठ करा के सुन लै भावे सहज पाठ करा के सुन लै सुन ते सुनना की हुंदा है समझना ही सुनना हुंदा है तुहानू मेरी गल समझ नहीं आ रही ते की सुनिया जे तुहानू मन लो इत्थे कोई बंदा कोई साउथ इंडियन होवे उधरली भाषा बोलदा होवे तमिल बोलदा होवे कोई फॉरन दा आ जाए जिन्हू मेरी पंजाबी समझ नहीं आ रही सुनिया के सर्थ होया सुनिया ना सुनिया इको बराबर है समझ ही नहीं आई सुनन दा अर्थ की बनया समझना समझना ही सुनना है समझे बिना कादा सुनया गुरु जी दे बचना नु समझया बिना कादा सुनया सतगुरु कहिंदे की ने ओनु समझिए जो सतगुरु कहिंदे ने ओनु अपने जीवन विच लागू करन दा यतन करिए गुरु ग्रंथ साहिब नालों टुटे ही होए आ माफ करना है सच्चाई है ਜੇ ਅਸੀਂ ਜੁੜੇ ਹੋਈਏ ਤੇ ਦੁਖੀ ਨਾ ਹੋਈਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਿਖਾ ਦਿੰਦੇ ਨੇ ਕਿ ਦੁੱਖਾਂ ਵਿੱਚ ਕਿਵੇਂ ਹੱਸੀਦਾ ਹੈ ਮਹਾਰਾਜ ਇਹ ਨਹੀਂ ਕਹਿੰਦੇ ਆ ਤੈਨੂੰ ਪੁੱਤਰ ਦਿਆਂ ਮਹਾਰਾਜ ਕਹਿੰਦੇ ਆ ਜਾ ਤੈਨੂੰ ਜਾਚ ਦੱਸਾਂ ਪੁੱਤਰਾਂ ਬਿਨਾਂ ਕਿਵੇਂ ਗੁਜ਼ਾਰੇ ਕਰੀਦੇ ਨੇ ਇਹ ਜਾਚ ਗੁਰੂ ਗ੍ਰੰਥ ਸਾਹਿਬ ਦੱਸਣਗੇ ਇਹ ਨਹੀਂ ਕਹਿੰਦੇ ਆ ਤੇਰਾ ਮਹਿਲ ਪਾ ਦਿਆਂ ਕਹਿਣਗੇ ਕੋਈ ਨਹੀਂ ਜੇ ਗਰੀਬੀ ਹੈ ਤੇ ਆ ਤੈਨੂੰ ਦੱਸਾਂ ਵੀ ਛੱਪਰੀਆਂ 'ਚ ਗੁਜ਼ਾਰੇ ਕਿੱਦਾਂ ਹੁੰਦੇ ਨੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਕੋਲ ਗਿਆ ਤੂੰ ਪਟਨਾ ਸਾਹਿਬ ਤੂੰ ਆਨੰਦਪੁਰ ਸਾਹਿਬ ਗਿਆ ਮਹਾਰਾਜ ਮੈਨੂੰ ਪੁੱਤਰ ਦੇ ਦਿਓ ਸਤਿਗੁਰੂ ਕਹਿੰਦੇ ਮੈਂ ਚਾਰ ਵਾਰੀ ਬੈਠਾ ਮੇਰੇ ਕੋਲ ਆਇਆ ਮੇਰਾ ਮੇਰੇ ਵੱਲ ਵੇਖ ਲੈ ਚਾਰ ਪੁੱਤਰ ਵਾਲੇ ਨੇ ਮੈਂ ਸਿੱਖੀ ਕੀ ਹੈ ਜਿਸ ਮਾਹੌਲ ਵਿੱਚ ਹੋ ਤੁਸੀਂ ਖੁਸ਼ ਹੋਵੋ ਬਸ ਜੇ ਪੁੱਤਰ ਦੇ ਦੇਣਗੇ ਤੇ ਖੁਸ਼ ਹੋ ਜਾਾਂਗੇ ਹੋ ਗਏ ਖੁਸ਼ ਆਪਾਂ ਬੜੇ ਪੁੱਤਰਾਂ ਵਾਲੇ ਨੇ ਹਾਏ ਹਾਏ ਫਿਰ ਵੀ ਉਦਾਂ ਹੀ ਚੱਲ ਰਹੀ ਹੈ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਕਲਪਦਾ ਬਥੇਰਾ ਫਿਰ ਵੀ ਰਹਿੰਦੀਆਂ ਅਧੂਰੀਆਂ ਸਾਈਕਲ ਵਾਲਾ ਕਹਿੰਦਾ ਹੈ ਮੇਰੇ ਕੋਲ ਸੋਹਣੀ ਕਾਰ ਹੋਵੇ ਕਾਰ ਵਾਲਾ ਕਹਿੰਦਾ ਮੇਰੀ ਹਵਾ 'ਚ ਉਡਾਰ ਹੋਵੇ ਵੇਖਦਾ ਹੈ ਜਹਾਜ਼ ਨੂੰ ਤੇ ਵੱਟਦਾ ਹੈ ਘੂਰੀਆਂ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਸਾਈਕਲ ਵਾਲਾ ਕਹਿੰਦਾ ਮੋਟਰਸਾਈਕਲ ਚਾਹੀਦਾ ਮੋਟਰਸਾਈਕਲ ਵਾਲਾ ਕਾਰ ਦੀ ਆਸ ਰੱਖਦਾ ਹੈ ਤੇ ਕਾਰ ਵਾਲਾ ਜਹਾਜ਼ ਵੱਲ ਵੇਖਦਾ ਵੀ ਬਾਹਰ ਕਦੋਂ ਜਾਏਂਗੇ ਖੁਸ਼ ਹੋ ਗਿਆ ਮਹਾਰਾਜ ਸੰਤੋਖ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਸੰਤੋਖ ਦਿੰਦੇ ਨੇ ਜਿੱਥੇ ਹੈ ਤੈਨੂੰ ਮੈਂ ਖੁਸ਼ ਰੱਖਾਂਗਾ ਜਿੱਥੇ ਹੈ ਖੁਸ਼ ਰਹੇਗਾ ਖੁਸ਼ ਰਵੇਂ ਖੁਸ਼ ਕਿੱਦਾਂ ਰਹੀਏ ਵੇਖੋ ਸੁੱਖ ਦੁੱਖ ਵਿੱਚ ਬਦਲ ਸਕਦਾ ਹੈ ਪਰ ਮਹਾਰਾਜ ਆਨੰਦ ਦਿੰਦੇ ਨੇ ਅਸੀਂ ਸੁੱਖ ਨਾ ਮੰਗੀਏ ਵੀ ਪੁੱਤਰ ਦਿਓ ਪੁੱਤਰ ਮੈਨੂੰ ਸੁੱਖ ਦੇਗਾ ਅਸੀਂ ਆਪਣੇ ਗੁਰੂ ਜੀ ਤੋਂ ਘਰ ਨਾ ਮੰਗੀਏ ਮੈਨੂੰ ਸੁੱਖ ਦਿਓ ਅਸੀਂ ਆਖੀਏ ਮਹਾਰਾਜ ਆਨੰਦ ਦੇ ਦਿਓ ਆਨੰਦ ਤੇ ਕੱਲ ਸੁਣਿਆ ਆਨੰਦ ਕਦੋਂ ਆਏਗਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਭ ਭਾਵ ਸਤਿਗੁਰੂ ਜੀ ਦੀ ਸਿੱਖਿਆ ਸਤਿਗੁਰੂ ਜੀ ਦੀ ਦਿੱਤੀ ਹੋਈ ਸੋਝੀ ਸਤਿਗੁਰੂ ਦਾ ਦਿੱਤਾ ਹੋਇਆ ਗਿਆਨ ਸਤਿਗੁਰੂ ਦੀ ਦਿੱਤੀ ਜਿਹੜੀ ਜੀਵਨ ਜਾਚ ਹੈ ਵੇਖੋ ਬੇਬੇ ਨਾਨਕੀ ਨੇ ਗੁਰੂ ਨਾਨਕ ਜੀ ਨੂੰ ਕਿਹਾ ਕਿ ਮੇਰੇ ਘਰ ਔਲਾਦ ਹੋਵੇ ਬੇਬੇ ਨਾਨਕੀ ਗੁਰੂ ਨਾਨਕ ਜੀ ਦੀ ਭੈਣ ਸੀ ਤੇ ਉਹਨੇ ਮੰਗਿਆ ਵੀ ਮੇਰੇ ਘਰ ਔਲਾਦ ਹੋਵੇ ਮੇਰੇ ਘਰ ਬੱਚਾ ਹੋਵੇ ਬੇ ਔਲਾਦੇ ਗਏ ਦੋਵੇਂ ਬੇ ਔਲਾਦੇ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਨੇ ਮੰਗਿਆ ਹੀ ਨਹੀਂ ਗੁਰੂ ਜੀ ਤੋਂ ਕਿ ਸੱਚੇ ਪਾਤਸ਼ਾਹ ਮੈਨੂੰ ਪੁੱਤਰ ਦੇ ਦਿਓ ਉਹ ਕਹਿੰਦੇ ਸੀ ਜਦੋਂ ਵੀ ਕੁਛ ਮੰਗੋਗੇ ਉਦੋਂ ਇਹਦਾ ਅਰਥ ਹੈ ਤੁਸੀਂ ਖੁਸ਼ ਨਹੀਂ ਸੰਤੁਸ਼ਟ ਨਹੀਂ ਭੁੱਖੇ ਹੋ ਤੇ ਤਾਂ ਮੰਗਦੇ ਹੋ ਨਾ
ਸੁਣਿਓ ਗੱਲ ਅਸੀਂ ਕੁਛ ਵੀ ਮੰਗਾਂਗੇ ਤੇ ਮੰਗਾਂਗੇ ਤਾਂ ਅਸੀਂ ਭੁੱਖੇ ਆ ਭੁੱਖੇ ਪਰ ਜਿਹਨੂੰ ਗੁਰੂ ਮਿਲ ਜਾਏ ਉਹਦੀ ਭੁੱਖ ਰਹਿੰਦੀ ਹੋਈ ਕੋਈ ਨਹੀਂ ਆਖੋ ਸਤਨਾਮ ਕੀ ਸੋਚਦੇ ਹੋ ਵੀ ਕਲਗੀਆਂ ਵਾਲੇ ਮਿਲਣਗੇ ਘੋੜੇ ਤੇ ਚੜ੍ਹੇ ਤੇ ਮੈਂ ਉਹਨਾਂ ਤੋਂ ਪੁੱਤ ਮੰਗੂੰਗਾ ਜਦੋਂ ਕਲਗੀਆਂ ਵਾਲੇ ਮਿਲ ਗਏ ਤੇ ਫਿਰ ਮੰਗਣ ਜੋਗਾ ਰਹਿ ਜਾਏਗਾ ਭੁੱਖ ਰਹਿ ਜਾਏਗੀ ਕੋਈ ਜਦੋਂ ਗੁਰੂ ਮਿਲ ਜਾਏ ਜਿਹਨੂੰ ਸਤਿਗੁਰੂ ਮਿਲ ਜਾਣ ਮੰਗਦਾ ਭੁੱਖਾ ਜਦੋਂ ਸਤਿਗੁਰੂ ਆ ਗਏ ਤੇ ਭੁੱਖ ਤੇ ਮਰ ਗਈਆਂ ਸਾਰੀਆਂ ਭੁੱਖਾਂ ਸਾਰੀ ਭੁੱਖ ਤੇ ਖਤਮ ਹੋ ਗਈ ਫਿਰ ਮੰਗੇਗਾ ਕਿਵੇਂ ਅੱਛਾ ਜੇ ਕਲਗੀਆਂ ਵਾਲੇ ਮਿਲਣਗੇ ਫਿਰ ਤੇ ਮੰਗਾਂ ਖਤਮ ਹੋ ਜਾਣਗੀਆਂ ਗੁਰੂ ਗ੍ਰੰਥ ਸਾਹਿਬ ਨੂੰ ਪਛਾਣ ਲੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸਮਝ ਪੈ ਗਈ ਹੈ ਮੰਗਦਾ ਉਹ ਵੀ ਕੁਛ ਨਹੀਂ ਉਹ ਵੀ ਕੁਛ ਨਹੀਂ ਮੰਗਦਾ ਮੰਗੀਏ ਕਿਉਂ ਜਦੋਂ ਸਤਿਗੁਰੂ ਮਿਲੇ ਨੇ ਤੇ ਹੋਰ ਕੀ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਪਰਮਾਤਮਾ ਅਕਾਲ ਪੁਰਖ ਨਾਲ ਜੋੜ ਦੇਣਗੇ ਨਾਮ ਨਾਲ ਭਾਵ ਕੇ ਸੱਚੇ ਨਾਮ ਨਾਲ ਪਰਮਾਤਮਾ ਵਾਹਿਗੁਰੂ ਜੀ ਨਾਲ ਜਦੋਂ ਜੁੜ ਗਏ ਫਿਰ ਵਿਣ ਤੁੱਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਮਨ ਦੀ ਭੁੱਖ ਹੀ ਲੈ ਜਾਂਦੀ ਹੈ ਜਦੋਂ ਪਰਮਾਤਮਾ ਨੂੰ ਮਹਿਸੂਸ ਹੀ ਕਰ ਲਿਆ ਫਿਰ ਪਿੱਛੇ ਕੀ ਰਹਿ ਗਿਆ ਹੁਣ ਵੇਖੋ ਰਾਣੀ ਮੈਣੀ ਤੜਪਦੀ ਸੀ ਕਿ ਮੇਰੇ ਘਰ ਔਲਾਦ ਹੋਵੇ ਮੇਰੇ ਘਰ ਪੁੱਤਰ ਹੋਵੇ ਤੇ ਜਦੋਂ ਗੁਰੂ ਜੀ ਮਿਲੇ ਗੋਬਿੰਦ ਰਾਏ ਦਰਸ਼ਨ ਕੀਤੇ ਗੋਦ ਚ ਬਿਠਾਇਆ ਮਹਾਰਾਜ ਦੇ ਬੋਲ ਸੁਣੇ ਪਿਆਰੇ ਪਿਆਰੇ ਬਚਨ ਸੁਣੇ ਮਿੱਠੇ ਮਿੱਠੇ ਉਸੇ ਵੇਲੇ ਕੀ ਆਖਿਆ ਕਿ ਮਹਾਰਾਜ ਮੈਨੂੰ ਕੁਛ ਨਹੀਂ ਚਾਹੀਦਾ ਤੁਸੀਂ ਮਿਲ ਗਏ ਹੋ ਤੇ ਹੋਰ ਵੀ ਕੁਝ ਚਾਹੀਦਾ ਭਾਵ ਕੇ ਪੁੱਤਰ ਦੀ ਇੱਛਾ ਹੀ ਖਤਮ ਹੋ ਗਈ ਜਦੋਂ ਗੋਬਿੰਦ ਰਾਏ ਜੀ ਨੂੰ ਰਾਣੀ ਮੈਣੀ ਨੇ ਵੇਖਿਆ ਵੇਖੋ ਅਸੀਂ ਜਦੋਂ ਇੱਥੇ ਆ ਕੇ ਕੁਛ ਮੰਗਨੇ ਆ ਇਹਦਾ ਮਤਲਬ ਇਹ ਹੈ ਅਸੀਂ ਅਜੇ ਸੰਤੁਸ਼ਟ ਨਹੀਂ ਹੋਏ ਤੇ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਮੇਸ਼ਾ ਸੰਤੁਸ਼ਟ ਰਹਿੰਦਾ ਹੈ ਮੈਂ ਅਰਜ਼ ਕਰਾਂ ਅਰਦਾਸ ਕਰਿਆ ਕਰੀਏ ਸਤਿਗੁਰੂ ਇਹ ਮੰਗ ਮੰਗੀਏ ਕਿ ਕੁਛ ਵੀ ਨਾ ਮੰਗੀਏ ਕੁਛ ਨਾ ਮੰਗਣਾ ਪਏ ਜ਼ਿੰਦਗੀ 'ਚ ਸਾਨੂੰ ਮੰਗਣਾ ਨਾ ਪਏ ਜਦੋਂ ਸਤਿਗੁਰੂ ਮਿਲੇ ਹੋਏ ਨੇ ਕਿਸੇ ਵੀ ਹਾਲਤ ਵਿੱਚ ਹੋਈਏ ਅਸੀਂ ਮਸਤ ਹੋਈਏ ਛੱਪਰੀਆਂ 'ਚ ਰਹਿੰਦੇ ਹਾਂ ਕੋਈ ਗੱਲ ਨਹੀਂ ਗਰੀਬੀ ਹੈ ਜਿੱਥੇ ਰੱਖਿਆ ਤੇਰੀ ਰਜਾ ਹੈ ਰਵਿੰਦਰ ਨਾਥ ਟੈਗੋਰ ਇੱਕ ਬਾਤ ਕਹਿੰਦੇ ਹੁੰਦੇ ਸੀ ਉਹ ਇੱਕ ਗੱਲ ਕਹਿੰਦੇ ਸੀ ਹੇ ਰੱਬਾ ਮੇਰੀਆਂ ਸਾਰੀਆਂ ਮੰਗਾਂ ਨਾ ਮੰਗੀ ਮੰਨੀ ਸਾਰੀਆਂ ਮੇਰੀਆਂ ਮੰਗਾਂ ਨਾ ਮੰਨੀ ਬੱਚਾ ਨਿਆਣਾ ਹੁੰਦਾ ਹੈ ਬੱਚਾ ਕਹਿੰਦਾ ਜੀ ਮੈਨੂੰ ਤੇ ਤੁਸੀਂ ਨਿੱਕਾ ਜਿਹਾ ਕੂਕਰ ਮੈਂ ਬੱਚਾ ਕੁੱਤੇ ਦਾ ਪਾਲਣਾ ਪਿੱਲਾ ਛੋਟਾ ਜਿਹਾ ਬੱਚਾ ਲੈ ਦਿਓ ਆਪਾਂ ਕਹਾਂਗੇ ਲੈ ਪੁੱਤ ਰੱਖ ਲੈ ਤੇ ਬੱਚਾ ਤੇ ਨਿਆਣਾ ਬੱਚਾ ਤੇ ਹਾਥੀ ਹੋਵੇ ਕੀ ਕਹੇਗਾ ਮੈਨੂੰ ਇਹਦੇ ਨਾਲ ਦਾ ਵੀ ਬੱਚਾ ਲੈ ਕੇ ਦਿਓ ਇਹ ਤੇ ਪਿਓ ਨੂੰ ਪਤਾ ਹੈ ਨਾ ਵੀ ਕਿਹੜੀ ਚੀਜ਼ ਇਹਦੇ ਲਈ ਠੀਕ ਹੈ ਕਿਹੜੀ ਗਲਤ ਹੈ ਰਵਿੰਦਰ ਨਾਥ ਕਹਿੰਦੇ ਸੀ ਅਸੀਂ ਤੇਰੇ ਬੱਚੇ ਹਾਂ ਕਹਿੰਦੇ ਆਪਾਂ ਵੀ ਹਾਂ ਹਉ ਰਾਮ ਮਈਆ ਹਉ ਵਾਰਕ ਤੇਰਾ ਅਸੀਂ ਤੇਰੇ ਬੱਚੇ ਹਾਂ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਸਾਨੂੰ ਸਮਝਾ ਮਤ ਦੇ ਕੇ ਕਹਿੰਦੇ ਆਪਾਂ ਵੀ ਆ ਰਵਿੰਦਰ ਨਾਥ ਕਹਿੰਦੇ ਸੀ ਮੈਂ ਅਰਦਾਸ ਕਰਨਾ ਮੇਰੀਆਂ ਸਾਰੀਆਂ ਮੰਗਾਂ ਨਾ ਮੰਨੀ ਵਾਹਿਗੁਰੂ ਹੇ ਵਾਹਿਗੁਰੂ ਹੇ ਪਰਮੇਸ਼ਰ ਮੇਰੀਆਂ ਸਾਰੀਆਂ ਮੰਗਾਂ ਨਾ ਮੰਨੀ ਉਹ ਮੰਨੀ ਜਿਹੜੀਆਂ ਤੈਨੂੰ ਪ੍ਰਵਾਨ ਨੇ ਮੈਂ ਤੇ ਕਮਲਾ ਮੰਗਦਾ ਹੀ ਰਹਿਣਾ ਤੈਨੂੰ ਲੱਗਦਾ ਮੇਰੇ ਲਈ ਠੀਕ ਹੈ ਉਹ ਪੂਰੀ ਕਰਦੀ ਬਾਕੀ ਮੇਰੀਆਂ ਮੰਗਾਂ ਨਾ ਮੰਨੀ ਮੇਰੀਆਂ ਸਾਰੀਆਂ ਮੰਗਾਂ ਨਾ ਮੰਨੀ ਉਹ ਮੰਨੀ ਜਿਹੜੀਆਂ ਤੈਨੂੰ ਪ੍ਰਵਾਨ ਨੇ ਇਸ ਕਰਕੇ ਜਦੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਂਦੇ ਆ ਤੇ ਮਹਾਰਾਜ ਕਿਰਪਾ ਕਰੋ ਸਾਨੂੰ ਤੁਹਾਡੀ ਬਾਣੀ ਦੀ ਸੋਝੀ ਹੋ ਜਾਏ ਸਾਨੂੰ ਜਿਉਣ ਦਾ ਚੱਜ ਆ ਜਾਏ ਸਲੀਕਾ ਆ ਜਾਏ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਵਨ ਜਾਚ ਦੱਸਦੇ ਆ ਕਿੱਦਾਂ ਜਿਉਣਾ ਹੈ ਤੂੰ ਖੇਤੀਬਾੜੀ ਕਰਦਾ ਹੈ ਤੂੰ ਵਪਾਰ ਕਰਦਾ ਹੈ ਤੂੰ ਰਾਜਨੀਤਿਕ ਹੈ ਤੂੰ ਕਿਸੇ ਵੀ ਕੰਮ ਵਿੱਚ ਲੱਗਾ ਹੋਇਆ ਕਿੱਦਾਂ ਦੀ ਲਾਈਫ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਜੀਵਨ ਜਾਚ ਦੱਸ ਦਿੰਦੇ ਆ ਵੀ ਏਦਾਂ ਦੀ ਜ਼ਿੰਦਗੀ ਜਿਉਣੀ ਹੈ ਕੋਈ ਕਹਿੰਦਾ ਮੈਂ ਫਲਾਣੇ ਦਾ ਫੈਨ ਬੜਾ ਮੇਰਾ ਉਹ ਰੋਲ ਮਾਡਲ ਹੈ ਫਲਾਣਾ ਬੰਦਾ ਮੇਰਾ ਰੋਲ ਮਾਡਲ ਹੈ ਮੈਂ ਉਹਦੇ ਵੱਲ ਵੇਖ ਕੇ ਉਹਦੇ ਤਰ੍ਹਾਂ ਜ਼ਿੰਦਗੀ ਜਿਉਣੀ ਚਾਹੁੰਦਾ ਮੈਂ ਅਰਜ਼ ਕਰਾਂ ਸਿੱਖਾਂ ਦਾ ਰੋਲ ਮਾਡਲ ਤੇ ਗੁਰੂ ਨਾਨਕ ਹੀ ਹੋਣਾ ਚਾਹੀਦਾ ਸਾਡਾ ਰੋਲ ਮਾਡਲ ਕੌਣ ਹੈ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਅਸੀਂ ਉਹਨਾਂ ਦੇ ਬੱਚੇ ਹਾਂ ਅਸੀਂ ਉਹਨਾਂ ਦੇ ਪੁੱਤਰ ਹਾਂ
ਅਸੀਂ ਆਪਣੇ ਪਿਤਾ ਤੇ ਮਾਨ ਕਰਕੇ ਕਹੀਏ ਸਾਡਾ ਬਾਬਾ ਅਸੀਂ ਕਿਉਂ ਕਿਸੇ ਹੋਰ ਨੂੰ ਸਾਨੂੰ ਕੀ ਲੋੜ ਹੈ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੁੱਤਰ ਹਾਂ ਖਾਲਸੇ ਚਾਹੇ ਕੋਈ ਬੀਬੀ ਹੈ ਚਾਹੇ ਕੋਈ ਭਾਈ ਹੈ ਵੇਖੋ ਖਾਲਸਾ ਹੈ ਖਾਲਸੀ ਨਹੀਂ ਹੈ ਤਾਂ ਖਲਸ ਕੀ ਹੈ ਖਾਲਸਾ ਖਾਲਸੀ ਨਹੀਂ ਕਿ ਬੀਬੀ ਖਾਲਸੀ ਫਲਾਣੀ ਕੌਰ ਖਾਲਸੀ ਨਹੀਂ ਹੈ ਫਲਾਣੀ ਕੌਰ ਖਾਲਸਾ ਇਹਦਾ ਮਤਲਬ ਇਹ ਹੈ ਕਿ ਬੀਬੀ ਵੀ ਮਾਨ ਨਾਲ ਕਹਿ ਸਕਦੀ ਹੈ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹਾਂ ਧੀ ਵੀ ਕਹਿ ਸਕਦੀ ਹੈ ਔਰਤ ਵੀ ਕਹਿ ਸਕਦੀ ਹੈ ਚਲੋ ਉਹ ਕਹਿੰਦੀ ਹੈ ਮੈਂ ਅਸੀਂ ਗਲਗੀ ਧਰ ਦੀਆਂ ਧੀਆਂ ਹਾਂ ਫਿਰ ਵੀ ਠੀਕ ਹੈ ਪਰ ਜੇ ਉਹ ਚਾਹੇ ਤੇ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹਾਂ ਉਹ ਵੀ ਕਹਿ ਸਕਦੀ ਹੈ ਕਿਤੇ ਕਾਣੀ ਵੰਡ ਵਿਖਾ ਦਿਓ ਸ਼ਸਤਰ ਭਾਈ ਪਾ ਸਕਦਾ ਬੀਬੀ ਪਾ ਸਕਦੀ ਹੈ ਅੰਮ੍ਰਿਤ ਭਾਈ ਛਕ ਸਕਦਾ ਹੈ ਬੀਬੀ ਛਕ ਸਕਦੀ ਹੈ ਬਰਾਬਰ ਚੌਰ ਭਾਈ ਕਰ ਸਕਦਾ ਬੀਬੀ ਕੀਰਤਨ ਭਾਈ ਕਰ ਸਕਦਾ ਬੀਬੀ ਕਰ ਸਕਦੀ ਹੈ ਬਰਾਬਰ ਅਧਿਕਾਰ ਦਿੱਤੇ ਨੇ ਜੇ ਭੈਣੋ ਤੁਹਾਨੂੰ ਕੋਈ ਪੁੱਛੇ ਤੁਹਾਡਾ ਦਰਦੀ ਕੌਣ ਹੈ ਸਿਰ ਉੱਚਾ ਕਰਕੇ ਆਖਿਓ ਗੁਰੂ ਨਾਨਕ ਸਾਡੇ ਦਰਦੀ ਜਿਨ੍ਹਾਂ ਨੇ ਕਿਹਾ ਇਹ ਪੈਰ ਦੀ ਜੁੱਤੀ ਨਹੀਂ ਔਰਤ ਨਰਕ ਦਾ ਦੁਆਰ ਨਹੀਂ ਇਹ ਅਰਧ ਸਰੀਰੀ ਹੈ ਇਹਨੂੰ ਬਰਾਬਰ ਦਾ ਹੱਕ ਹੋਣਾ ਚਾਹੀਦਾ ਹੈ ਜੇ ਬਰਾਬਰਤਾਈ ਦੀ ਗੱਲ ਕੀਤੀ ਤਾਂ ਕੀਤੀ ਗੁਰੂ ਨਾਨਕ ਨੇ ਜੇ ਇੱਥੇ ਬਰਾਬਰ ਬਿਠਾਉਣ ਦੀ ਗੱਲ ਕੀਤੀ ਕੀਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਸਤਿਗੁਰ ਨੇ ਕਿਰਪਾ ਕੀਤੀ ਬਰਾਬਰਤਾਈ ਆਪਣੀਆਂ ਬੱਚੀਆਂ ਨੂੰ ਆਪਣੀਆਂ ਧੀਆਂ ਨੂੰ ਦਿੱਤੀ ਤੇ ਸਿਰ ਉੱਚਾ ਕਰਕੇ ਕਹਿਣ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ ਜਦੋਂ ਦਸਤਾਰ ਵੀ ਦਿੱਤੀ ਲੱਖਾਂ ਵਿੱਚ ਖਲੋਤਾ ਵੱਖਰਾ ਨਜ਼ਰ ਆਵੇ ਤੇ ਧੀ ਆਪਣੀ ਨੂੰ ਵੀ ਆਖਿਆ ਮੇਰੀ ਇਹ ਬੱਚੀਏ ਤੂੰ ਵੀ ਸਿਰ ਤੇ ਦਸਤਾਰ ਬੰਨ ਲਿਆ ਕਰ ਲੱਖਾਂ 'ਚ ਖਲੋਤੀ ਤੂੰ ਵੀ ਵੱਖਰੀ ਦਿਸੈ ਸ਼ਸਤਰ ਸ਼ਸਤਰ ਸਜਾ ਸਕਦੀ ਹੈ ਸਵੈ ਰੱਖਿਆ ਆਪਣੀ ਆਪ ਕਰ ਸਕਦੀ ਹੈ ਇੰਨਾ ਕੁ ਕੌਨਫੀਡੈਂਸ ਹੋਵੇ ਆਤਮ ਵਿਸ਼ਵਾਸ ਹੋਵੇ ਕਿ ਲੋੜ ਪੈਣ ਉੱਤੇ ਆਪਣੀ ਰਕਸ਼ਾ ਆਪ ਕਰ ਸਕੇ ਘੱਟ ਤੋਂ ਘੱਟ 9 ਇੰਚ ਦੀ ਸ੍ਰੀ ਸਾਹਿਬ ਪਾਵੇ ਅੰਮ੍ਰਿਤਧਾਰੀ ਬੱਚੀ ਤੇ ਅੰਮ੍ਰਿਤਧਾਰੀਆਂ ਨੇ ਇਹ ਨਹੀਂ ਕਿ ਕਿਰਪਾਨਾਂ ਗਰੀਬਾਂ ਨੂੰ ਡਰਾਉਣ ਲਈ ਪਾਈਆਂ ਨੇ ਗਰੀਬਾਂ ਤੇ ਧੱਕਾ ਕਰਨ ਲਈ ਪਾਈਆਂ ਨੇ ਮਜ਼ਲੂਮ ਤੇ ਜ਼ੁਲਮ ਕਰਨ ਲਈ ਪਾਈਆਂ ਨੇ ਅਸੀਂ ਸ੍ਰੀ ਸਾਹਿਬ ਪਾਈਏ ਆਤਮ ਰੱਖਿਆ ਵਾਸਤੇ ਆਪਣੀ ਰੱਖਿਆ ਵਾਸਤੇ ਸਵੈ ਰੱਖਿਆ ਲਈ ਕਿਸੇ ਗਰੀਬ ਤੇ ਧੱਕਾ ਹੋਏਗਾ ਸ੍ਰੀ ਸਾਹਿਬ ਦਾ ਮਤਲਬ ਹੀ ਇਹ ਸੀ ਸ੍ਰੀ ਸਾਹਿਬ ਦਾ ਭਾਵ ਹੀ ਇਹ ਸੀ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੁਣ ਇਦਾਂ ਦੀ ਰੱਖਿਆ ਆਪਣੀ ਰੱਖਿਆ ਆਪ ਕਰ ਸਕੇ ਬੱਚੀ ਸ੍ਰੀ ਸਾਹਿਬ ਪਵਾਈ ਅੱਜ ਕੱਲ ਆਪਾਂ ਵੇਖਦੇ ਆ ਕੀ ਹਾਲ ਹੈ ਬੱਸਾਂ ਵਿੱਚ ਜਾਂਦੀਆਂ ਨੇ ਸਾਡੀਆਂ ਬੱਚੀਆਂ ਪੜ੍ਹਨ ਵਾਸਤੇ ਸੇਫ ਹੈ ਤੁਹਾਡੇ ਚੋਂ ਬੜੇ ਵੀਰ ਨੇ ਜਿਹੜੇ ਕਹਿੰਦੇ ਨੇ ਮੇਰਾ ਦਿਲ ਕਰਦਾ ਮੇਰੀ ਧੀ ਲੁਧਿਆਣੇ ਪੜ੍ਹਨ ਜਾਵੇ ਪਰ ਡਰਦਾ ਹੀ ਨਹੀਂ ਵੀ ਬੱਸ 'ਚ ਜਾਏਗੀ ਰੋਜ਼ ਡਰਦੀ ਹੈ ਦੁਨੀਆ ਬੜੇ ਦੇ ਬੜਿਆਂ ਦਾ ਦਿਲ ਕਰਦਾ ਕਿ ਅਸੀਂ ਧੀਆਂ ਨੂੰ ਪੜ੍ਹਨੇ ਪਾਈਏ ਪਰ ਡਰਦੇ ਨਹੀਂ ਪੜ੍ਹਾ ਰਹੇ ਕਿਉਂ ਪਰ ਜੇ ਕਿਤੇ ਉਹ ਬੱਚੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਸਿੱਖਿਆ ਤੇ ਚੱਲਣ ਵਾਲੀ ਜਿਹੜੀ ਧੀ ਹੈ ਉਹ ਨਾ ਡਰਦੀ ਹੈ ਤੇ ਨਾ ਉਹਦੇ ਪਿਤਾ ਨੂੰ ਕੋਈ ਫਿਕਰ ਹੁੰਦਾ ਹੈ ਕਿ ਮੇਰੀ ਬੱਚੀ ਇਹ ਮੁੰਡਿਆਂ ਵਰਗੀ ਹੈ ਮੇਰੇ ਪੁੱਤਰਾਂ ਵਰਗੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਵੇਖੋ ਸ੍ਰੀ ਸਾਹਿਬ ਕੱਲੀ ਪਾ ਲੈਣੀ ਹੁਣ ਇੱਥੇ ਕਈ ਭੋਗ ਲਵਾਉਣ ਵਾਲੇ ਖਿੱਚੀ ਜਾਂਦੇ ਨੇ ਜਰ ਲੱਗੀ ਹੁੰਦੀ ਹੈ ਸ੍ਰੀ ਸਾਹਿਬ ਨਿਕਲਦੀ ਹੋਈ ਨਹੀਂ ਬਿਆਨ ਵਿੱਚੋਂ ਪਾਈ ਹੋਈ ਹੈ ਸ੍ਰੀ ਸਾਹਿਬ ਸਾਡਾ ਹਾਲ ਸਾਰਿਆਂ ਦਾ ਇਹੀ ਹੈ ਵੀ ਗਾਤਰਾ ਉੱਪਰ ਦੀ ਪਾਇਆ ਹੁੰਦਾ ਕਿੱਲੇ ਤੇ ਟੰਗਿਆ ਆਉਣ ਲੱਗੇ ਉੱਪਰ ਦੀ ਪਾ ਆਉਂਦਾ ਉਹ ਤਾਂ ਆਪਾਂ ਛੋਟੀ ਜਿਹੀ ਰੱਖਦੇ ਥੱਲੇ ਆਉਂਦੀ ਆਉਣ ਲੱਗਿਆ ਉੱਪਰ ਦੀ ਪਾ ਦੀਵਾਨ 'ਚ ਚੱਲੇ ਆ ਉੱਪਰ ਦੀ ਸੋਹਣੀ ਲੱਗਦੀ ਪਾ ਲਓ ਬਈ ਪਾ ਆ ਉੱਪਰ ਦੀ ਪਾਈ ਹੈ ਪਰ ਕਦੇ ਉਹ ਸ਼ਸਤਰ ਨਾਲ ਪਿਆਰ ਨਹੀਂ ਹੈ ਸਾਡਾ ਅਸਕਰ ਪਾਨ ਖੰਡੋ ਖੰਡੋ ਖੜਗ ਤੁਬਕ ਤਬਰੇ ਅਰ ਤੀਰ ਸਹਿਬ ਸਰੋਈ ਸਹਿਤੀ ਜਹਿ ਹਮਾਰੇ ਪੀਰ ਉਹ ਗੱਲ ਨਹੀਂ ਹੈ ਵੀ ਪੀਰਾਂ ਦੀ ਗੱਲ ਕਰਦੇ ਹੋ ਪੀਰ ਹੈ ਪੀਰ ਹੈ ਪੀਰ ਰੱਖਿਆ ਕਰਦਾ ਹੈ ਅਸੀਂ ਸ਼ਸਤਰਾਂ ਨਾਲ ਇੰਨਾ ਪਿਆਰ ਕਰਨੇ ਆ ਸਾਡੀ ਇਹ ਰੱਖਿਆ ਕਰਦੇ ਨੇ ਰੱਖਿਆ ਕਰਦੇ ਨੇ ਲੋੜ ਪੈਣ ਤੇ ਇਹ ਸਾਡੀ ਰੱਖਿਆ ਕਰਦੇ ਨੇ ਸ਼ਸਤਰਾਂ ਦੀ ਸ਼ਸਤਰਾਂ ਦਾ ਪਿਆਰ ਕਰਦਾ ਖਾਲਸਾ ਸ਼ਸਤਰਾਂ ਨਾਲ ਖਾਲਸਾ ਪਿਆਰ ਕਰਦਾ ਹੈ ਤੇ ਇੰਨਾ ਕੁ ਆਤਮ ਵਿਸ਼ਵਾਸ ਸੈਲਫ ਕੌਨਫੀਡੈਂਸ ਹੋਣਾ ਚਾਹੀਦਾ ਹੈ ਸ੍ਰੀ ਸਾਹਿਬ ਪਾਈ ਹੈ ਤੇ ਚੰਗੀ ਵਿਚਾਰ ਨਾਲ ਹੋਵੇ ਫਿਰ ਤਲਵਾਰ ਸਹੀ ਕੰਮ ਕਰਦੀ ਹੈ ਤਲਵਾਰ ਸਹੀ ਕੰਮ ਕਰਦੀ ਹੈ ਜੇ ਪਿੱਛੇ ਵਿਚਾਰ ਚੰਗੀ ਹੋਵੇ ਵਿਚਾਰ ਚੰਗੀ ਹੋਵੇ ਕਿਸੇ ਤੇ ਧੱਕਾ ਨਹੀਂ ਕਿਸੇ ਤੇ ਜ਼ੁਲਮ ਨਹੀਂ ਸ਼ਸਤਰ ਦਾ ਤੇ ਮਤਲਬ ਹੀ ਇਹ ਸੀ
बड़े लोग कहते हैं शस्त्र पाया है ये अतवादी बन गए जी शस्त्र पा ले इन्होंने ये श्री साहबा चुकी फिरते ने यह बड़िया बड़िया श्री साहबा पाई फिरते ने इदा के शब्द बोलते ने पर ना भाई मैं बड़ी बारी अर्ज की है कि शस्त्र बिना अज भारत आजाद ना तो उदो ही होया ना अज आजाद रह सकता सन 47 वेले भारत आजाद होया सी कल्ले चरखे कत के देश आजाद नहीं होया ए भगत सिंह वर्गियां दीयां कुर्बानियां करके देश आजाद होया सोच ए सोचना पएगा देश आजाद उदों होया है उदों भी शस्त्रां करके अज भी जे देश आजाद रहेगा अज भी शस्त्र करके रहेगा अज सरहदा तो शस्त्र मंगा लो वापस अज आर्मी नू वापस मंगा लो अज तोपां वापस मंगा लो दो दिन कब्जा हो जाएगा चीन कब्जा कर लवेगा पाकिस्तान वाले कब्जा कर लेंगे अज भी जे भारत बचेगा तो गुरु गोबिंद सिंह की सोच करके बचेगा ये देश देश ना हुंदा जे पिता दशमेश ना हुंदा ध्यान नाल गल सुनो वेखो ये कोई गर्म गल नहीं है कि मैं भड़का रहा गल ये नहीं है गल ध्यान नाल समझो गुरु गोबिंद सिंह ने शस्त्र पवाया अपनी रक्षा करो देश को शस्त्र दिता भी शस्त्रधारी चाहिए हुण भी भारत जे बचेगा तो गुरु गोबिंद सिंह की सोच करके बचेगा अज शस्त्र वापस मंगा लो अज तोपा वापस मंगा लो किधर ही जाएगी आजादी देश आजाद सी गुरु गोबिंद सिंह की सोच करके आजाद हां कलगी धरती सोच करके आजाद रवांगे तावी गुरु गोबिंद सिंह की सोच करके कलगी धर सच्चे पातशाह दशमेश पिता मैं की आखा की असर दिखाया अमृत ने मर चुका सी भारत सदियां तो सा मुड़ के पाया अमृत ने असी मोए सी मुके सू अमर बनाया अमृत ने असी गिदड़ा वांगू जिउंदे सू शेर बनाया अमृत ने यह अमृत की शक्ति धन गुरु गोबिंद सिंह सच्चे पातशाह दे अमृत की यह सारी शक्ति है असी उस बंदे दे विरुद्ध जेड़ा किसे ते धक्का करता है शस्त्र विखा के रोब मारता है किसे नू डराउंदा है किसे नाल बेनसाफी कर रहा है भावे वह सिख भी होवे असी उहदे हक च नहीं पर मैं गल कलगी धरती दी करना जदों बंदा शस्त्रां दी निंदिया करेगा जदों बंदा कहेगा कि कृपान पाण वाले अतवादी हुंदे ने उदों फिर यह लगता है कि यह गुरु गोबिंद सिंह दी निंदिया करता है यह गुरु गोबिंद सिंह दी सोच दे विरुद्ध बोलता है ते गुरु गोबिंद सिंह दी सोच दे विरुद्ध क्यों बोलिया जाए कलगी धर जी ने क्यों पवाए शस्त्र कादे लई पवाए यह सोचना पएगा गुरु गोबिंद सिंह सच्चे पातशाह दीआं ही एक उन्हां दी सोच दे करके ही है इस करके बेनती करी दी है बोलियां ना मारो कलगी धर सच्चे पातशाह दा नां लैके ना खो साडे च घाटां बणियां हो सकदियां ने सिखां विचों सिखी नहीं झलकदी यह सच्ची गल है सिखां विचों सिद्धांत नहीं झलकदे यह अज सच्ची गल है पर सिद्धांतां च कोई कमी नहीं सी सिखिज़म बड़ा कमाल दा सी सब धर्म चंगे आ अपनी अपनी जगह वह सब अपने बारे दसदे आ पर मैं अर्ज कर रहा हां कि सिखिज़म जो ये सिद्धांत सन बड़े कमाल दे सी सिखां चों सिखी नहीं झलकदी ते बच्चे सिखी नालों टुट गए ने बच्चे सिखी तो दूर चले गए आ पर कदे ना आखो बोलियां ना मारो लोगों बोलियां ना मारो लोगों प्यारे जी दा नाम लै के बोलियां ना मारो लोगों प्यारे जी दा नाम बोलियां ना मारो लोगों
प्यारे जी का नाम लेके प्यारे जिहा दसो होर कौन है जहान आन विच मान विच शान विच तान विच दुखड़े उठान विच बचड़े कुहान विच वलियां चो वली पूरा जोधियां चो जोधा बाही कवियां चो कवि ते ज्ञानी है ज्ञान विच बोलियां ना मारो लोको प्यारे जी का नाम लेके प्यारे जिहा दसो होर कौन है जहान है ही कौन धन गुरु गोबिंद सिंह सच्चे पातशाह ने इदां दी सोच अपनी उम्मत नूं दित्ती तकड़े तकड़े चढ़दी कला वाले गुरु के सिख पर दुख नाल इह गल कहणी पैंदी है अज कोई बंदा साडे ते सवाल करदा है ना जदों वी सी इदां दी कौन वड्डे वड्डे योधे सन हुण दी गल की करीए हुण अज दे हालात की ने ਉਦੋਂ ਭਾਵੇਂ ਮੈਂ ਹੋਵਾਂ ਤੇ ਭਾਵੇਂ ਕੋਈ ਪ੍ਰਚਾਰਕ ਹੋਵੇ ਉਹਨੂੰ ਨੀਵੀਂ ਹੀ ਪਾਣੀ ਪਏਗੀ ਨੀਵੀਂ ਪਾਣੀ ਪਏਗੀ ਕਿ ਅੱਜ ਉਹ ਗੱਲ ਨਹੀਂ ਸਾਡੇ ਵਿੱਚ ਰਹੀ ਅੱਛਾ ਇਹ ਹੋਇਆ ਕਿਉਂ ਇਹ ਸਾਰਾ ਕੁਝ ਹੋਇਆ ਕਿਉਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਟੁੱਟ ਗਏ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲੋਂ ਟੁੱਟ ਗਏ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਪਰ ਗੁਰਬਾਣੀ ਕਹਿੰਦੀ ਕੀ ਆ ਸਾਡੇ ਗੁਰੂ ਜੀ ਕਹਿੰਦੇ ਕੀ ਨੇ ਅਸੀਂ ਜੇ ਬੱਚਿਆਂ ਦੇ ਬੱਚਾ ਘਰ ਵਿੱਚ ਹੋਇਆ ਹੈ ਤੇ ਅਸੀਂ ਕਹਿੰਦੇ ਆ ਵੇਖੋ ਬਈ ਪੁੱਛੋ ਕਿਸੇ ਨੂੰ ਕਿਉਂ ਪੁੱਛੀਏ ਅਸੀਂ ਵੇਖੋ ਸਿੱਖ ਰਹਿਤ ਮਰਿਆਦਾ ਚ ਕੀ ਲਿਖਿਆ ਹੈ ਕਿ ਬੱਚਾ ਜਦੋਂ ਜੰਮੇ ਤੇ ਸਿੱਖ ਨੇ ਕੀ ਕਰਨਾ ਅਸੀਂ ਸਿੱਖ ਹਾਂ ਸਿੱਖ ਰਹਿਤ ਮਰਿਆਦਾ ਖੋਲੋ ਪੜ੍ਹੋ ਉਹਦੇ ਵਿੱਚ ਵੇਖੋ ਵੀ ਬੱਚਾ ਜੰਮੇ ਤੇ ਕੀ ਕਰਨਾ ਹੈ ਜੋ ਲਿਖਿਆ ਉਵੇਂ ਕਰੋ ਆਨੰਦ ਕਾਰਜ ਹੋ ਰਹੇ ਨੇ ਜਦੋਂ ਆਨੰਦ ਕਾਰਜ ਹੋਣਗੇ ਅਸੀਂ ਕਹਿੰਦੇ ਆਹ ਕਰ ਲਓ ਫਲਾਣਾ ਸਗਨ ਕਰ ਲਓ ਫਲਾਣਾ ਸਗਨ ਕਰ ਲਓ ਕਾਹਦੇ ਲਈ ਕੱਢੋ ਸਿੱਖ ਰਹਿਤ ਮਰਿਆਦਾ ਤੇ ਪੜ੍ਹੋ ਅਕਾਲ ਤਖਤ ਸਾਹਿਬ ਦੀ ਮਰਿਆਦਾ ਕੀ ਹੈ ਸਾਡੀ ਸਿੱਖ ਮਰਿਆਦਾ ਕੀ ਹੈ ਉਹਨੂੰ ਪੜ੍ਹੋ ਉਹਦੇ ਵਿੱਚ ਜੋ ਲਿਖਿਆ ਹੈ ਉਸ ਮੁਤਾਬਕ ਸਾਡੇ ਬੱਚੇ ਦੇ ਆਨੰਦ ਕਾਰਜ ਹੋਣੇ ਚਾਹੀਦੇ ਫਿਰ ਅੰਤਮ ਸੰਸਕਾਰ ਹੈ ਕੋਈ ਵੀ ਚੜ੍ਹਾਈ ਕਰ ਜਾਂਦਾ ਹੈ ਕੀ ਮਰਿਆਦਾ ਹੈ ਅਸੀਂ ਵੇਖੀਏ ਸਾਨੂੰ ਕੋਈ ਕੁਛ ਦੱਸਦਾ ਕੋਈ ਕੁਛ ਦੱਸਦਾ ਏਦਾਂ ਕਰ ਲਓ ਕਈ ਤੇ ਬੰਦੇ ਨੂੰ ਮਰਨ ਤੋਂ ਪਹਿਲਾਂ ਮੰਜੇ ਤੋਂ ਥੱਲੇ ਲਾ ਲੈਂਦੇ ਨੇ ਬੰਦੇ ਨੂੰ ਮਰਨ ਤੋਂ ਪਹਿਲਾਂ ਮੰਜੇ ਤੋਂ ਥੱਲੇ ਲਾ ਲੈਂਦੇ ਨੇ ਕਿਉਂ ਬਈ ਕਹਿੰਦੇ ਕਈ ਇੱਥੋਂ ਤੱਕ ਵੀ ਮਾਫ਼ ਕਰਨਾ ਕਿ ਬੰਦੇ ਦੀ ਰੂਹ ਜਿਹੜੀ ਹੈ ਨਾ ਉਹ ਮੰਜੇ ਦੇ ਵਿੱਚ ਹੀ ਨਾ ਕਿਤੇ ਚਿੰਬੜੀ ਰਹਿ ਜਾਏ ਇੱਥੋਂ ਤੱਕ ਵੀ ਸੋਚ ਸੀ
ਵੀ ਉਹਦੀ ਜਿਹੜੀ ਆਤਮਾ ਹੈ ਇਹਦੇ ਵਿੱਚ ਹੀ ਨਾ ਫਿਰਦੀ ਰਵੇ ਮੰਜੇ ਤੋਂ ਬੰਦੇ ਨੂੰ ਥੱਲੇ ਲਾ ਲਓ ਜੀ ਇਦਾਂ ਦਾ ਸਿਸਟਮ ਹੀ ਚੱਲਦਾ ਰਿਹਾ ਇਦਾਂ ਆਪਾਂ ਸੋਚਦੇ ਰਹੇ ਹਾਂ ਹੁਣ ਤੱਕ ਅਸੀਂ ਕਿਸੇ ਦੀ ਨਹੀਂ ਮੰਨਣੀ ਵੀ ਕੋਈ ਕੀ ਕਹਿੰਦਾ ਹੈ ਕੋਈ ਕੀ ਕਹਿੰਦਾ ਹੈ ਫਿਰ ਕਦੇ ਕਿਸੇ ਨੇ ਆ ਕੇ ਕਹਿਤਾ ਤੇਰਾ ਬਾਪੂ ਮਿਲਿਆ ਸੀ ਉਹ ਕੱਪੜੇ ਮੰਗਦਾ ਹੈ ਉਹ ਕਹਿੰਦਾ ਸੀ ਕਿ ਮੇਰਾ ਮੰਜਾ ਬਿਸਤਰਾ ਦੇ ਕੇ ਜਾਓ ਫਿਰ ਅਸੀਂ ਮੰਜਾ ਬਿਸਤਰਾ ਮੰਜੇ ਬਿਸਤਰੇ ਗੁਰਦੁਆਰੇ ਦੇਣੇ ਨੇ ਇਕੱਠੇ ਕਰ ਲਓ ਸਾਲ ਬਾਅਦ ਦੋ ਸਾਲ ਬਾਅਦ ਕਹਿ ਦਿਓ ਵੀ ਇੱਕ ਇੱਕ ਘਰ ਮੰਜਾ ਬਿਸਤਰਾ ਦੇ ਕੇ ਜਾਓ ਪਰ ਮਰੇ ਤੱਕ ਜਾਂਦਾ ਹੈ ਅਸੀਂ ਇਹ ਕੰਮ ਨਹੀਂ ਕਰਨਾ ਹੱਸਣਾ ਨਹੀਂ ਲੋਕਾਂ ਨੇ ਸਿੱਖ ਜਮ ਤੇ ਗੁਰੂ ਜੇ ਸਾਡੀ ਮਰਿਆਦਾ ਵੇਖੋਗੇ ਸਾਡੇ ਨਾਲ ਕੋਈ ਗੱਲ ਨਹੀਂ ਕਰ ਸਕਦਾ ਪਰ ਜੇ ਅੱਜ ਸਿੱਖਾਂ ਦੀਆਂ ਕਰਤੂਤਾਂ ਵਿੱਚ ਹੀ ਮੈਂ ਆ ਜਦੋਂ ਸਾਨੂੰ ਅਗਲਾ ਵੇਖਦਾ ਫਿਰ ਅਗਲਾ ਮਜ਼ਾਕ ਉਡਾਉਂਦਾ ਉਹ ਤੁਸੀਂ ਵੀ ਤੇ ਇਹੀ ਕੁਝ ਕਰਦੇ ਹੋ ਸਿੱਖ ਵੱਖਰੀ ਕੌਮ ਹੈ ਦਾੜੀ ਰੱਖੀ ਹੋਈ ਹੈ ਸਿਰ ਤੇ ਪੱਗ ਬੰਨੀ ਹੋਈ ਹੈ ਕਸ਼ਹਿਰੇ ਪਾਈ ਫਿਰਦੇ ਨੇ ਬਾਹਮਣ ਕਸ਼ਹਿਰਿਆਂ ਵਾਲੇ ਨੇ ਕੰਮ ਸਾਰੇ ਉਹੀ ਕਰਦੇ ਹੋ ਗੱਲਾਂ ਤੁਹਾਡੀਆਂ ਸਾਰੀਆਂ ਵੇਖਣ ਨੂੰ ਸਿੱਖ ਹੋ ਕੰਮ ਉਹੀ ਕਰਦੇ ਹੋ ਕਹੋ ਇਹ ਗੱਲ ਕਿ ਅਸੀਂ ਇਹ ਨਹੀਂ ਮੰਨਦੇ ਕਿ ਉਹ ਬੁੱਢੇ ਨੂੰ ਜਾਂਦਾ ਹੈ ਬਜ਼ੁਰਗ ਨੂੰ ਜਾ ਰਿਹਾ ਹੈ ਅਸੀਂ ਇਹ ਨਹੀਂ ਮੰਨਦੇ ਪਰ ਹਾਂ ਇਹ ਠੀਕ ਹੈ ਗੁਰਦੁਆਰਿਆਂ ਵਿੱਚ ਭਾਂਡਿਆਂ ਦੀ ਜ਼ਰੂਰਤ ਪੈਂਦੀ ਹੈ ਗੁਰਦੁਆਰਿਆਂ ਵਿੱਚ ਬਿਸਤਰਿਆਂ ਦੀ ਲੋੜ ਹੈ ਇਕੱਠੇ ਹੋ ਕੇ ਦੇ ਦਿਓ ਵੀ ਇਹ ਨਹੀਂ ਕਿ ਜਿਹੜਾ ਚਲਿਆ ਗਿਆ ਉਹਦੇ ਤੱਕ ਪਹੁੰਚ ਜਾਏਗਾ ਉਹ ਖਾ ਲਏਗਾ ਅਸੀਂ ਵੇਖੇ ਨੇ ਇਦਾਂ ਦੇ ਲੋਕੀ ਸਰਾਧ ਵਿੱਚ ਲੋਕੀ ਬ੍ਰਹਮਣਾ ਨੂੰ ਸੱਦ ਕੇ ਭੋਜਨ ਛਕਾਉਂਦੇ ਰਹੇ ਆ ਸਾਡੇ ਅੱਜ ਕੱਲ੍ਹ ਗੁਰਦੁਆਰੇ ਦੇ ਗ੍ਰੰਥੀਆਂ ਨੂੰ ਜਾ ਕੇ ਕਹਿਣਗੇ ਬਾਬਾ ਜੀ ਪੰਜ ਸਿੰਘ ਆ ਜਾਓ ਸਾਡੇ ਘਰ ਛਕ ਲਓ ਗੱਲ ਉਹੀ ਹੈ ਬਸ ਬਦਲਿਆ ਵੇਖੋ ਕੀ ਹੈ ਛਕਾਓ ਜੀ ਸਦਕੇ ਛਕਾਓ ਪਰ ਇਹ ਸੋਚ ਕੇ ਨਹੀਂ ਵੀ ਉੱਥੇ ਪਹੁੰਚ ਰਿਹਾ ਉੱਥੇ ਜਾ ਰਿਹਾ ਇਦਾਂ ਦੀਆਂ ਗੱਲਾਂ ਕਰਦੇ ਸਿੱਖ ਚੰਗੇ ਨਹੀਂ ਲੱਗਦੇ ਸਾਡਾ ਕੋਈ ਮਜ਼ਾਕ ਉਡਾਏ ਇਹ ਚੰਗਾ ਨਹੀਂ ਲੱਗਦਾ ਸਿੱਖ ਰੋਹ ਰੀਤਾਂ ਇਦਾਂ ਦੀਆਂ ਸੀ ਸਿੱਖਿਜ਼ਮ ਇਦਾਂ ਦਾ ਸੀ ਕਮਾਲ ਦੀ ਖੇਡ ਸੀ ਕਿਸੇ ਦੀ ਧੀ ਭੈਣ ਵੱਲ ਮਾੜੀ ਨਜ਼ਰ ਨਾਲ ਕੀ ਵੇਖਣਾ ਹੈ ਸਿੱਖ ਇਹ ਕਿਸੇ ਨੂੰ ਵੇਖਣ ਵੀ ਨਹੀਂ ਸੀ ਦਿੰਦੇ ਇਦਾਂ ਦੇ ਸਿੱਖ ਸੀ ਇੱਕ ਨਿਹੰਗ ਸਿੰਘ ਚੜ ਜਾਂਦਾ ਸੀ ਟ੍ਰੇਨ ਵਿੱਚ ਤੇ ਗੋਰੇ ਕਹਿੰਦੇ ਸੀ ਉਹਦੀ ਟਿਕਟ ਨਾ ਕੱਟਿਓ ਨਿਹੰਗ ਸਿੰਘ ਟ੍ਰੇਨ ਵਿੱਚ ਚੜ ਗਿਆ ਇਹਦੀ ਟਿਕਟ ਨਾ ਕੱਟਿਓ ਇਦਾਂ ਦੇ ਬੰਦੇ ਸਫ਼ਰ ਕਰਦੇ ਰਹਿਣੇ ਚਾਹੀਦੇ ਨੇ ਕਿਉਂ ਕਿਉਂਕਿ ਇਹਦੇ ਨਾਲ ਸੇਫਟੀ ਰਹਿੰਦੀ ਹੈ ਨਿਹੰਗ ਸਿੰਘ ਚੜ੍ਹਦੀ ਕਲਾ ਵਾਲਾ ਵਿੱਚ ਹੋਵੇਗਾ ਨਾ ਤੇ ਫਿਰ ਖਤਰਾ ਕੋਈ ਨਹੀਂ ਇਹ ਕਿਸੇ ਦੀ ਵੱਲ ਮਾੜੀ ਨਜ਼ਰ ਨਾਲ ਕੀ ਵੇਖੇਗਾ ਵੇਖਣ ਵੀ ਨਹੀਂ ਰਹੇਗਾ ਕਿਸੇ ਨੂੰ ਏਦਾਂ ਦੀਆਂ ਗੱਲਾਂ ਹੁੰਦੀਆਂ ਸੀ ਨਿਹੰਗ ਸਿੰਘਾਂ ਦੀਆਂ ਚੜ੍ਹਦੀ ਕਲਾ ਵਾਲੇ ਨਿਹੰਗ ਸਿੰਘ ਅੱਜ ਵੀ ਇਦਾਂ ਦੇ ਹੈ ਨੇ ਪਰ ਕਈ ਨੌਜਵਾਨ ਮੈਨੂੰ ਮਿਲੇ ਮੈਂ ਆਨੰਦਪੁਰ ਸਾਹਿਬ ਪ੍ਰੋਗਰਾਮ ਸੀ ਉੱਥੇ ਮੈਨੂੰ ਕਹਿੰਦੇ ਬਾਹਰ ਮੈਂ ਜਦੋਂ ਗੱਡੀ 'ਚ ਬਹਿਣ ਲੱਗਾ ਮੈਨੂੰ ਕਹਿੰਦੇ ਬਾਬਾ ਜੀ ਅਸੀਂ ਨਿਹੰਗ ਸਿੰਘਾਂ ਵਾਲਾ ਬਾਣਾ ਪਾਉਂਦੇ ਹਾਂ ਤੇ ਲੋਕੀ ਸਾਨੂੰ ਵੇਖ ਕੇ ਹੱਸਦੇ ਨੇ ਮੈਂ ਕਿਹਾ ਕਿਉਂ ਕਹਿੰਦੇ ਜਦੋਂ ਸਾਡੀਆਂ ਦਸਤਾਰਾਂ ਵੇਖਦੇ ਨੇ ਸਾਡੇ ਦਮਾਲੇ ਵੇਖਦੇ ਨੇ ਸਾਡੇ ਲੱਗੇ ਖੰਡੇ ਵੇਖਦੇ ਨੇ ਸਾਡੇ ਚੋਲੇ ਤੇ ਸ੍ਰੀ ਸਾਹਿਬ ਵੇਖਦੇ ਨੇ ਕਹਿੰਦੇ ਆ ਗਏ ਨਿਹੰਗ ਇਹ ਨਿਹੰਗ ਤੇ ਫਿਰ ਭੰਗ ਵੀ ਪੀਂਦੇ ਨੇ ਨਿਹੰਗ ਦਾ ਤੇ ਭੰਗ ਦਾ ਤੇ ਜੋੜ ਹੈ ਆ ਗਏ ਭੰਗ ਪੀਣੇ ਕਹਿੰਦੇ ਸਾਨੂੰ ਭੰਗ ਪੀਣੇ ਦੱਸਦੇ ਨੇ ਪੜ੍ਹਦੇ ਆ ਕਾਲਜਾਂ ਜਾਂ ਨਸ਼ੇ ਦੇ ਨੇੜੇ ਨਹੀਂ ਗਏ ਦਿਨ ਰਾਤ ਬਾਣੀ ਪੜ੍ਹਦੇ ਆ ਪਰ ਹੋਇਆ ਕੀ ਕੁਝ ਬੰਦਿਆਂ ਨੇ ਭੰਗੀਆਂ ਨੇ ਨਿਹੰਗ ਬਦਨਾਮ ਕਰ ਦਿੱਤੇ ਨਿਹੰਗ ਸਾਰੇ ਥੋੜਾ ਪਾੜੇ ਹੁਣ ਨਿਹੰਗ ਦਾ ਨਕਸ਼ਾ ਸਾਡੇ ਦਿਮਾਗ 'ਚ ਇੱਦਾਂ ਦਾ ਹੀ ਬਣ ਗਿਆ ਵੀ ਨਿਹੰਗ ਤੇ ਭੰਗ ਪੀਣੀ ਹੁੰਦੀ ਕਿਉਂਕਿ ਅਸੀਂ ਵੇਖੇ ਹੀ ਇੱਦਾਂ ਦੇ ਸਾਨੂੰ ਮਿਲਦੇ ਹੀ ਇੱਦਾਂ ਦੇ ਤਾਂ ਕਰਕੇ ਸਾਨੂੰ ਇਹ ਲੱਗਦਾ ਪਤਾ ਨਹੀਂ ਸਾਰੇ ਹੀ ਇੱਦਾਂ ਦੇ ਹੋਣਗੇ ਪਰ ਇੱਦਾਂ ਦੇ ਹੈ ਨਹੀਂ ਸੀ ਲੋਕੀ ਕਹਿੰਦੇ ਸੀ ਆ ਗਏ ਨੇ ਨਿਹੰਗ ਬੂਹਾ ਖੋਲਦੇ ਨਿਸੰਗ ਨਿਹੰਗ ਸਿੰਘ ਆ ਗਏ ਨਿਸੰਗ ਹੋ ਕੇ ਬੂਹਾ ਖੋਲ ਦਿਓ ਇਹ ਕਿਸੇ ਵੱਲ ਮਾੜੀ ਨਜ਼ਰ ਨਾਲ ਨਹੀਂ ਵੇਖਣਗੇ ਕਿਸੇ ਧੀ ਭੈਣ ਨਾਲ ਧੱਕਾ ਨਹੀਂ ਹੋਏਗਾ ਇੱਦਾਂ ਦੇ ਸੂਰਮੇ ਹੁੰਦੇ ਸੀ ਕੋਈ ਨਸ਼ਾ ਕਿਸੇ ਤਰ੍ਹਾਂ ਦਾ ਨਹੀਂ ਬਿਨਾਂ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਗੁਰਬਾਣੀ ਦੇ ਨਸ਼ੇ ਤੋਂ ਕੋਈ ਨਸ਼ਾ ਨਹੀਂ ਸੀ ਹੁੰਦਾ ਪਰ ਅੱਜ ਕੱਲ੍ਹ ਹਾਲਾਤ ਵੇਖ ਲਓ ਹਾਲਾਤ ਵੇਖ ਲਓ ਅੱਜ ਕੱਲ੍ਹ ਤੇ ਮਾਫ਼ ਕਰਨਾ ਅਗਲਾ ਹੋਲੇ ਮਹੱਲੇ ਤੇ ਆਨੰਦਪੁਰ ਸਾਹਿਬ ਜਾਂਦਾ ਹੈ ਇੱਥੋਂ ਟਰਾਲੀਆਂ ਭਰ ਭਰ ਕੇ ਜਾਂਦੇ ਆ ਗਾਂ ਕੋ ਗੁਰੂ ਜੀ ਵੱਡੇ ਸਾਰੇ ਸੋਟੇ ਦੇ ਨਾਲ ਲਮਕਦੇ ਹੁੰਦੇ ਨੇ ਉਹ ਛਣ ਛਣ ਕਰਦੇ ਨੇ ਤੇ ਕੀ ਹੈ ਜੀ ਇਹ ਪ੍ਰਸ਼ਾਦ ਹੈ ਜੀ ਬਾਜਾ ਵਾਲੇ ਦੀ ਦੇਗ ਉਹਨੂੰ ਗੁਰੂ ਗੋਬਿੰਦ ਸਿੰਘ ਦੀ ਦੇਗ ਕਹਿੰਦੇ ਆ ਇਹ ਬਾਜਾ ਵਾਲੇ ਦੀ ਪ੍ਰਸ਼ਾਦ ਹੈ ਕਿਹੜਾ ਮਾੜਾ ਲੈ ਲਓ ਬਈ ਪ੍ਰਸ਼ਾਦ ਲੈਣ ਗਏ ਉਹ ਵੇਖੋ ਉਹ ਬੰਦਾ ਚੰਗਾ ਭਲਾ ਗਿਆ ਸੀ ਸਵੇਰੇ ਸੁੱਖਾ ਪੀ ਲਿਆ ਸ਼ਾਮ ਨੂੰ ਫਿਰ ਸੁੱਖਾ ਪੀ ਲਿਆ ਅਗਲੇ ਦਿਨ ਸਵੇਰੇ ਫਿਰ ਤੇ ਤੀਜੇ ਦਿਨ ਫਿਰ ਉਹ ਭੰਗ ਐਸੀ ਪੀਤੀ ਮਾਂ ਦਾ ਪੁੱਤਰ ਗਿਆ ਸੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਵੇਖਣ ਗਿਆ ਸੀ ਅੰਮ੍ਰਿਤਧਾਰੀ ਬਣ ਕੇ ਆਏਗਾ ਗਿਆ ਸੀ ਕੁਝ ਸਿੱਖ ਕੇ ਆਏਗਾ ਭੰਗੀ ਬਣ ਕੇ ਮੋੜ ਆਇਆ ਕੀ ਸਿੱਖ ਕੇ ਆਇਆ
घट तो घट असी इना बंद करिए स्थान ने इथे नशा क्यों आवे असी वखरी सोच के मालिक हाँ किसी तरह का नशा नहीं करता सिख धर्म स्थल कोई भी है भावे कोई है धर्म स्थल मैं पटियाले वेखिया है कई बार अद्धी अद्धी रात को असी तीन चार बजे आई दा चार चार बजे तक भी कई बंदे उत्थे सड़क दे उत्ते पी के शराब ते डिगे हुंदे ने कई कई ने ते भगवे कपड़े ही साध बने ही ताने के फ्री दी पीन नूं मिल जाएगी काली माता दे मंदर च चढ़दी है हुण एक ही सी सुनियो वेखो चढ़दी है शराब चढ़दी है पीन वाले बंदिया ने कहता देवी पीती है भोग देवी नूं लगता है पीनी आप है ते देवी दा नां नाल जोड़ दिता पीनी आप है ते नां देवी दा जोड़ दिता नशा खाना आप है ते ना असी सतगुरां दे नाल ला दिंदे आ कि सतगुरां नूं भोग लग गया हुण छक सकदे हो तुसीं ਇਹ ਸਿਸਟਮ ਬਣ ਗਿਆ ਜਿਹੜੇ ਧਰਮ ਸਥਲ ਤੇ ਨਸ਼ੇ ਦੀ ਸੇਧ ਮਿਲੇ ਅਸੀਂ ਸਿੱਖਿਆ ਕਿੱਥੋਂ ਲਾਂਗੇ ਬੱਚੇ ਨੂੰ ਸਕੂਲ ਵਿੱਚ ਜੇ ਚੋਰੀ ਸਿਖਾਈ ਜਾਏ ਤੇ ਬੰਦਾ ਕਿੱਥੇ ਬਣੇਗਾ ਜੇ ਸਕੂਲਾਂ ਦੇ ਵਿੱਚ ਇਹ ਕੁਝ ਹੋ ਰਿਹਾ ਤੇ ਬਾਹਰ ਸਿੱਖਿਆ ਕਿੱਥੋਂ ਲਾਂਗੇ ਆਪਾਂ ਸਿੱਖ ਇਦਾਂ ਦੇ ਨਹੀਂ ਸੀ ਹੁੰਦੇ ਚੜ੍ਹਦੀ ਕਲਾ ਵਾਲੇ ਸਨ ਅੱਜ ਸ਼ਰਮ ਆਉਂਦੀ ਹੈ ਤੇ ਕੀ ਆਖੀਏ ਸਾਡੀ ਕੌਮ ਵਿੱਚ ਇਦਾਂ ਦੇ ਸੂਰਮੇ ਹੋਏ ਨੇ ਅੱਜ ਸਾਡੀ ਕੌਮ ਦੇ ਕੀ ਹਾਲਾਤ ਨੇ ਸਾਨੂੰ ਕੋਈ ਸਵਾਲ ਕਰਦਾ ਹੈ ਸਾਡੀ ਨੀਵੀਂ ਪੈ ਜਾਂਦੀ ਕੋਈ ਜਵਾਬ ਹੀ ਨਹੀਂ ਸਾਡੇ ਕੋਲ ਵੀ ਅੱਜ ਹਾਲਾਤ ਸਾਡੇ ਕੀ ਨੇ ਅੱਜ ਸਾਡਾ ਸਮਾਂ ਸਾਡੇ ਉੱਤੇ ਕਿੱਦਾਂ ਦਾ ਆਇਆ ਹੋਇਆ ਜਿੰਨੇ ਸਿੱਖ ਹੋ ਅੰਮ੍ਰਿਤਧਾਰੀ ਹੋ ਜਿੰਨੇ ਸਿੱਖ ਤੁਹਾਡੇ ਚ ਅੰਮ੍ਰਿਤਧਾਰੀ ਬੈਠੇ ਆ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਮੰਨਦੇ ਨੇ ਬਾਪੂ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ ਸਿੱਖ ਰਹਿਤ ਮਰਿਆਦਾ ਤੇ ਚੱਲਦੇ ਹੋ ਕਿਉਂ ਨਹੀਂ ਇਕੱਲੇ ਇਕੱਲੇ ਪ੍ਰਚਾਰਕ ਬਣਦੇ ਬੰਦਾ ਗੱਡੀ ਲੈ ਆਵੇ ਨਾ ਚੰਗੀ ਤੇ ਕਿੰਨਿਆਂ ਨੂੰ ਦੱਸਦੇ ਹੋ ਮੇਰੀ ਗੱਡੀ ਬੜੀ ਚੰਗੀ ਏ ਇੰਨੇ ਦੀ ਐਵਰੇਜ ਦਿੰਦੀ ਏ ਪਿੰਡ ਚ ਸਾਰਿਆਂ ਨੂੰ ਦੱਸਣਾ ਹੈ ਵੀ ਇਹ ਗੱਡੀ ਆਹ ਮਾਡਲ ਸੀ ਮੈਨੂੰ ਤੇ ਸਸਤੀ ਮਿਲ ਗਈ ਹੈ ਇੰਨੇ ਦੀ ਸੀ ਮੈਨੂੰ 30,000 ਸਸਤੀ ਮਿਲ ਗਈ ਹੈ ਆਪਾਂ ਕਿੰਨੇ ਗੁਣ ਗਾਉਂਦੇ ਨਹੀਂ ਥੱਕਦੇ ਦਾਦਾ ਪੋਤੇ ਦੇ ਗੁਣ ਗਾਉਂਦੇ ਨਹੀਂ ਗਾਉਂਦਾ ਨਹੀਂ ਥੱਕਦਾ ਕੋਠੀ ਦੀਆਂ ਗੱਲਾਂ ਕਰਦਾ ਨਹੀਂ ਥੱਕਦਾ ਕਿੰਨਾ ਕੁਝ ਦੱਸ ਰਹੇ ਆਪਾਂ ਓਏ ਤੈਨੂੰ ਸਿੱਖੀ ਮਿਲੀ ਹੈ ਇਹ ਕਿਤੇ ਛੋਟੀ ਗੱਲ ਹੈ ਕਿਉਂ ਨਹੀਂ ਦੱਸਦਾ ਲੋਕਾਂ ਨੂੰ ਵੀ ਸਿੱਖੀ ਕੀ ਹੈ ਅਸੀਂ ਕਿਉਂ ਨਹੀਂ ਦੱਸਦੇ ਵੀ ਸਿੱਖੀ ਹੈ ਕੀ ਅਸੀਂ ਸੰਸਾਰ ਨੂੰ ਦੱਸੀਏ ਅਸੀਂ ਦੁਨੀਆ ਦੇ ਲੋਕਾਂ ਨੂੰ ਦੱਸੀਏ ਵੀ ਸਿੱਖੀਜ਼ਮ ਕੀ ਹੈ ਸਾਡੇ ਸਿਧਾਂਤ ਕੀ ਨੇ ਸਾਡੀ ਸੋਚ ਕੀ ਹੈ ਜਿੰਨੇ ਅੰਮ੍ਰਿਤਧਾਰੀ ਆ ਅਸੀਂ ਕਿਉਂ ਨਹੀਂ ਕਮਰ ਕੱਸਾ ਕਰਕੇ ਕਿਸੇ ਦੂਜੇ ਵੱਲ ਜੇ ਤੁਹਾਨੂੰ ਲੱਗਦਾ ਹੈ ਕਿ ਬੰਦਾ ਥੋੜਾ ਜਿਹਾ ਨਸ਼ਾ ਛੱਡ ਸਕਦਾ ਹੈ ਤੇ ਉਹਦੇ ਵੱਲ ਹੋ ਜਾਓ ਹਾਂ ਬਸ ਬਸ ਘਰ 'ਚ ਬੈਠੇ ਰੌਲਾ ਪਾਣ ਜੋਗੇ ਆ ਸ਼੍ਰੋਮਣੀ ਕਮੇਟੀ ਕੁਝ ਨਹੀਂ ਕਰਦੀ ਜੀ ਬਾਬੇ ਕੁਝ ਨਹੀਂ ਕਰਦੇ ਬੱਚੇ ਨਸ਼ਿਆਂ ਵਿੱਚ ਪੈ ਗਏ ਆ ਨਸ਼ਿਆਂ ਵਿੱਚ ਪੈ ਗਏ ਆ ਜੀਵਨ ਬਰਬਾਦ ਹੋ ਰਹੇ ਨੇ ਧਿਆਨ ਨਾਲ ਸੁਣਿਓ ਮੈਂ ਅਰਜ਼ ਕਰ ਰਿਹਾ ਧਿਆਨ ਨਾਲ ਸੁਣਿਓ ਕਿ ਅਸੀਂ ਇਹ ਗੱਲ ਕਹਿੰਦੇ ਆ ਕਸੂਰ ਕੱਢਨੇ ਆ ਵੀ ਸ਼੍ਰੋਮਣੀ ਕਮੇਟੀ ਕੁਝ ਨਹੀਂ ਕਰਦੀ ਬਾਬੇ ਕੁਝ ਨਹੀਂ ਕਰਦੇ ਮੈਂ ਬੜੀ ਵਾਰੀ ਬੇਨਤੀ ਕੀਤੀ ਏ ਕਿਹੜੇ ਬਾਬਿਆਂ ਨੇ ਤੇਰੇ ਮੁੰਡੇ ਨੂੰ ਮੋਟਰਸਾਈਕਲ ਲੈ ਕੇ ਦਿੱਤਾ ਵੀ ਤੇਰਾ ਮੁੰਡਾ ਵਿਗੜ ਜਾਏ ਗੇੜੀਆਂ ਦੇਵੇ ਬਾਜ਼ਾਰਾਂ ਵਿੱਚ ਜਾ ਕੇ ਕਿਹੜਾ ਬਾਬਾ ਤੁਹਾਡੇ ਮੁੰਡੇ ਨੂੰ ਕੰਪਿਊਟਰ ਲਵਾ ਕੇ ਦੇ ਕੇ ਗਿਆ ਕਿਹੜੇ ਬਾਬੇ ਨੇ ਮੋਬਾਈਲ ਦਿੱਤਾ ਹੈ ਕਿਹੜਾ ਬਾਬਾ ਜਿਹੜਾ ਤੁਹਾਡੇ ਬੱਚਿਆਂ ਦੇ ਫੋਨ ਵਿੱਚ ਪੈਸੇ ਪਵਾਉਂਦਾ ਵੀ ਗੱਲਾਂ ਕਰੀ ਜਾਇਆ ਕਰ ਕੋਠੇ ਤੇ ਚੜ੍ਹ ਕੇ ਕਿਹੜਾ ਬਾਬਾ ਹੈ ਸ਼੍ਰੋਮਣੀ ਕਮੇਟੀ ਦਾ ਕਿਹੜਾ ਮੈਂਬਰ ਹੈ ਜਿਹੜਾ ਬੱਚੇ ਨੂੰ ਟੀਵੀ ਲਵਾ ਕੇ ਦੇ ਗਿਆ ਕਨੈਕਸ਼ਨ ਲਵਾ ਕੇ ਦੇ ਗਿਆ ਉਹ ਕੇਵਲ ਲਵਾ ਕੇ ਦੇ ਗਿਆ ਇਹ ਕਿਹੜਾ ਬਾਬਾ ਦੇ ਗਿਆ ਬੱਚਿਆਂ ਨੂੰ ਕਹਿੰਦੇ ਆ ਲੈ ਪੁੱਤ ਘਰ ਚ ਟੀਵੀ ਵੇਖ ਲੈ ਤੈਨੂੰ ਲਵਾ ਕੇ ਦੇਣਾ ਲੈ ਮੇਰਾ ਪੁੱਤ ਮੋਬਾਈਲ ਲੈ ਤੂੰ ਵੀ ਆ ਰੱਖ ਆਪ ਮਾੜਾ ਰੱਖੇਗਾ ਪੁੱਤਰ ਨੂੰ ਸੋਹਣਾ ਲੈ ਕੇ ਦੇਗਾ ਲੈ ਮੇਰਾ ਪੁੱਤ ਮੋਟਰਸਾਈਕਲ ਤੇ ਕਾਲਜ ਜਾਇਆ ਕਰ ਲੈ ਮੇਰਾ ਪੁੱਤ ਸਾਰਾ ਕੁਝ ਕਰਾ ਕੇ ਜਦੋਂ ਵਿਗੜ ਜਾਂਦਾ ਫਿਰ ਕਹਿਣਗੇ ਸ਼੍ਰੋਮਣੀ ਕਮੇਟੀ ਕੁਝ ਨਹੀਂ ਕਰਦੀ ਬਾਬੇ ਕੁਝ ਨਹੀਂ ਕਰਦੇ ਇਹ ਤੇਰਾ ਫਰਜ਼ ਨਹੀਂ ਜਿੰਨੇ ਜੰਮੇ ਨੇ ਉਹਨਾਂ ਦਾ ਵੀ ਫਰਜ਼ ਹੈ ਨਾ ਤੇ ਜੇ ਬੱਚਿਆਂ ਉੱਤੇ ਤੇ ਅਸਰ ਤਾਂ ਹੋਏਗਾ ਜੇ ਸਾਡੇ ਖੁਦ ਉੱਤੇ ਅਸਰ ਹੋਏਗਾ ਪੁਰਾਣੇ ਸਮੇਂ ਦੇ ਸਿੱਖ ਵੇਖੋ ਕਿੱਦਾਂ ਦੇ ਸੀ ਦ੍ਰਿੜਤਾ ਵਾਲੇ ਦੋ ਸਿੰਘ ਸਨ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਗਰਜਾ ਸਿੰਘ ਨਾਮ ਕਿੰਨੇ ਪਿਆਰੇ ਪੁਰਾਣੇ ਸਮਿਆਂ 'ਚ ਨਾਂ ਸੀ ਜ਼ਬਰਦਸਤ ਖਾਨ ਉਧਰੋਂ ਚੜ ਕੇ ਆਉਣ ਵਾਲੇ ਖਾਨ ਬਹਾਦਰ ਜਕਰੀਆ ਖਾਨ ਇਦਾਂ ਦੇ ਨਾਂ ਵੱਡੇ 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 ਨਾਂ ਸੀ ਪੁਰਾਣੇ ਸਮਿਆਂ ਵਿੱਚ
ਕਲਗੀਧਰ ਸੱਚੇ ਪਾਤਸ਼ਾਹ ਜਦੋਂ ਆਏ ਉਹਨਾਂ ਨੇ ਵੇਖਿਆ ਵੀ ਇੱਧਰ ਤੇ ਨਾਂ ਐਡੇ ਐਡੇ ਵੱਡੇ ਵੀ ਨਾਂ ਸੁਣ ਕੇ ਦਿਲ ਥਾ ਦਿਲ ਥੱਲੇ ਨੂੰ ਜਾਣ ਲੱਗ ਪੈਂਦਾ ਇੱਧਰਲੇ ਪਾਸੇ ਜਿਹੜੇ ਚੜ ਕੇ ਆਉਂਦੇ ਨੇ ਉਹਨਾਂ ਦੇ ਨਾਂ ਅਹਿਮਦ ਸ਼ਾਹ ਅਬਦਾਲੀ ਵਰਗੇ ਨਾਂ ਨੇ ਵੱਡੇ ਵੱਡੇ ਤੇ ਇੱਧਰ ਇੱਧਰ ਨਾਂ ਰੱਖੇ ਹੋਏ ਸੀ ਘਸੀਟਾ ਮੱਲ ਇਹ ਰਿਊੜੀ ਰਾਮ ਇਹ ਘਾਟੇ ਸ਼ਾਹ ਸਟੰਕੀ ਸ਼ਾਹ ਇੱਦਾਂ ਦੇ ਨਾਂ ਸੀ ਪਹਿਲੇ ਸਮਿਆਂ ਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਨਾਂ ਰੱਖੇ ਅਜੀਤ ਸਿੰਘ ਜਿੰਨੀ ਕੋਈ ਜਿੱਤ ਨਾ ਸਕੇ ਇਹ ਜੁਝਾਰ ਸਿੰਘ ਹੈ ਜੁਝਾਰੂ ਇਹ ਜੋਰਾ ਮਾਰ ਹੈ ਇਹ ਫਤਿਹ ਸਿੰਘ ਹੈ ਇਦਾਂ ਦੇ ਨਾਂ ਮਹਾਰਾਜ ਨੇ ਆਪਣੇ ਸਾਹਿਬਜ਼ਾਦਿਆਂ ਦੇ ਰੱਖੇ ਤਾਂ ਜੋ ਆਪਣੇ ਬੱਚਿਆਂ ਦੇ ਨਾਂ ਅਸੀਂ ਇਦਾਂ ਦੇ ਰੱਖੀਏ ਇਦਾਂ ਦੇ ਨਾਮ ਆਪਣੇ ਬੱਚਿਆਂ ਦੇ ਰੱਖੇ ਸਿੰਘਾਂ ਨੇ ਨਾਂ ਰੱਖੇ ਗਰਜਾ ਸਿੰਘ ਇਦਾਂ ਦੇ ਨਾਂ ਪੁਰਾਣੇ ਸਮਿਆਂ ਦੇ ਵਿੱਚ ਸਿੰਘਾਂ ਦੇ ਸੀ ਤੇ ਨਾਂ ਚੜ੍ਹਦੀ ਕਲਾ ਵਾਲਾ ਬੱਚੇ ਦਾ ਰੱਖੋ ਫਿਰ ਉਹਨੂੰ ਪੂਰਾ ਨਾਂ ਲੈ ਕੇ ਬੁਲਾਓ ਬੱਚੇ ਦਾ ਜਿਹੜਾ ਵੀ ਨਾਂ ਰੱਖਦੇ ਹੋ ਜੇ ਫਤਿਹ ਸਿੰਘ ਰੱਖਿਆ ਤੇ ਫਤਿਹ ਸਿੰਘ ਕਹੋ ਜੇ ਤੁਸੀਂ ਆਪਣੇ ਬੱਚੇ ਦਾ ਨਾਂ ਅਜੀਤ ਸਿੰਘ ਰੱਖਿਆ ਵੀਰ ਸਿੰਘ ਰੱਖਿਆ ਧੀਰ ਸਿੰਘ ਰੱਖਿਆ ਉਹਨੂੰ ਕਹੋ ਵੀਰ ਸਿੰਘ ਗੱਲ ਸੁਣ ਏਦਾਂ ਹੀ ਨਾਂ ਲਓ ਬੱਚੇ ਦਾ ਵੇਖਿਓ ਤੁਸੀਂ ਇਹਦਾ ਅਸਰ ਪੈਂਦਾ ਬੱਚੇ ਉੱਤੇ ਜਿਸ ਤਰੀਕੇ ਸਿਰ ਬੱਚੇ ਨੂੰ ਬੁਲਾਓਗੇ ਉਹਦਾ ਅਸਰ ਬੱਚੇ ਤੇ ਪਏਗਾ ਵੀਰ ਸਿੰਘ ਗੱਲ ਸੁਣ ਏਦਾਂ ਕਹੋ ਧੀਰ ਸਿੰਘ ਗੱਲ ਸੁਣ ਚੰਗੇ ਭਲੇ ਨਾਂ ਹੋਣਗੇ ਫਿਰ ਵੱਡਾ ਨਾਂ ਛੱਡ ਕੇ ਇਹ ਰਿੰਕੂ ਇਹ ਚਿੰਕੂ ਏਦਾਂ ਦੇ ਨਾਂ ਰੱਖਣਗੇ ਮਹਾਂਪੁਰਸ਼ਾਂ ਕੋਲ ਗਿਆ ਬੀਬੀ ਕਹਿੰਦੀ ਬਾਬਾ ਜੀ ਚੀਕਾਂ ਬੜੀਆਂ ਮਾਰਦਾ ਕਹਿੰਦੇ ਨਾਂ ਕੀ ਕਹਿੰਦੇ ਚਿੰਕੂ ਕਹਿੰਦੇ ਫਿਰ ਚੀਕਾਂ ਹੀ ਮਾਰੇਗਾ ਨਾਂ ਕਿੱਦਾਂ ਦੇ ਰੱਖੇ ਤੁਸੀਂ ਬੱਚਿਆਂ ਦੇ ਇਹ ਨਾਂ ਨੇ ਕੋਈ ਇਦਾਂ ਦੇ ਨਾਂ ਆਪਣੇ ਬੱਚਿਆਂ ਦੇ ਰੱਖੋ ਅੱਜ ਕੱਲ੍ਹ ਤੇ ਮਾਫ ਕਰਨਾ ਕਈਆਂ ਨੇ ਆਪਣੇ ਨਾਵਾਂ ਨਾਲੋਂ ਸਿੰਘ ਵੀ ਕੱਢ ਦਿੱਤਾ ਹੈ ਛੋਟਾ ਨਾਂ ਕਹਿੰਦੇ ਸੋਹਣਾ ਲੱਗਦਾ ਜਿੱਦਾਂ ਮੰਨ ਲਓ ਹਰਜੀਤ ਰੱਖਿਆ ਜੇ ਉਹ ਸੰਧੂ ਉਹਦੀ ਗੋਤ ਹੈ ਹਰਜੀਤ ਸੰਧੂ ਰੱਖ ਲਏਗਾ ਸੰਧੂ ਰੱਖ ਲਏਗਾ ਏਦਾਂ ਦਾ ਨਾਂ ਰੱਖਦਾ ਹੈ ਛੋਟਾ ਜਿੰਨਾ ਵੀ ਹੋ ਸਕਦਾ ਹੈ ਇਹ ਪ੍ਰੀਤ ਮਾਨ ਹੈ ਮਾਨ ਪਿੱਛੇ ਲਾ ਲਿਆ ਸਿੰਘ ਵਿੱਚੋਂ ਕੱਟ ਹੀ ਦਿੱਤਾ ਏਦਾਂ ਹੋ ਗਿਆ ਪੂਰਾ ਨਾਂ ਛੱਡ ਹੀ ਦਿੱਤਾ ਹੈ ਵਿਦੇਸ਼ਾਂ ਵਿੱਚ ਵੀ ਬਹੁਤ ਸਾਰੇ ਲੋਕੀ ਜਿਨ੍ਹਾਂ ਨੇ ਬੱਚਿਆਂ ਦੇ ਨਾਵਾਂ ਨਾਲੋਂ ਕੌਰ ਵੀ ਹਟਾ ਦਿੱਤਾ ਸਿੰਘ ਵੀ ਹਟਾ ਦਿੱਤਾ ਐਵੇਂ ਮਿਲ ਗਿਆ ਸੀ ਕਿਤੇ ਇਹ ਸਿੰਘ ਨਾਮ ਛੇਰ ਦਾ ਸੀ ਮਹਾਰਾਜ ਨੇ ਇਦਾਂ ਦਾ ਨਾਮ ਦਿੱਤਾ ਸੀ ਆਪਣੀ ਉਮਤ ਨੂੰ ਪਰ ਆਪਣੇ ਆਪ ਹੀ ਅਸੀਂ ਵੇਖ ਰਹੇ ਹਾਂ ਕਿ ਅੱਜ ਲੋਕੀ ਨਾਮ ਕਟਾਈ ਜਾਂਦੇ ਆ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਸਰਦਾਰੀ ਬਖਸ਼ੀ ਸੀ ਆਪ ਹੀ ਰੋਲ ਰਹੇ ਆ ਉਹ ਬਖਸ਼ੀਆਂ ਸਰਦਾਰੀਆਂ ਮਹਾਰਾਜ ਨੇ ਮਿਹਰ ਕੀਤੀ ਬਖਸ਼ੀਆਂ ਸਰਦਾਰੀਆਂ ਕਦਰਾਂ ਨਾ ਪਾਈਆਂ ਸਿੱਖਾਂ ਬਖਸ਼ੀਆਂ ਸਟੇਜ ਤੇ ਆਉਣਾ ਹੈ ਉੱਠਣਾ ਨਹੀਂ ਕਿਸੇ ਨੇ ਭੈਣਾਂ ਨੂੰ ਵੀ ਬੇਨਤੀ ਹੈ ਵੀਰਾਂ ਨੂੰ ਵੀ ਸਭ ਨੂੰ